औलाद कहे पैगंबर आज खुशबू यूसुफ दी आवे रे जे ना आखो होश टिकाने बुड्ढा वहम अलावे सोना घोड़ा सोना यूसुफ ते सोना हुसन सहावे जित वल नजर मुबारक पावे तब कसमी हिलावे आसमान तो नूरी भी है मुलाकात दा मंजर वेखदा है बाप अगे बड़े ते जना बेबे यूसुफ अली सलाम अबू जी दे करीब आके उच्ची बोल के आंदे ने बाबा अस्सलाम अलैकुम सलाम कह के अपने अबू जी दे गले लगे ते बाप ने थप्पा पा लिया الحمد لله الذي هدانا لهذا وما كنا لنهتدي لولا أن هدانا الله صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد أما بعد فأعوذ بالله السميع العليم من الشيطان الرجيم بسم الله الرحمن الرحيم إن الحكم إلا لله عليه توكلت عليه فليتوكل المتوكلون منیے رب دی رضا سب جاندے خدا نہیں کسے نو پتا کل کی ہونا ہووے او جو رب نو بھانا لکھیا पासे नहीं हो जाना पावे ज
ਚੱਡਾ ਵੀ ਕੋਈ ਸਿਆਣਾ ਹੋ ਜਾਂਦੀ ਏ ਖਤਾ ਨਹੀਂ ਕਿਸੇ ਨੂੰ ਪਤਾ ਕੱਲ ਕੀ ਹੋਣਾ ਮਨੀ ਰੱਬ ਦੀ ਰਜ਼ਾ ਸਭ ਜਾਣਦਾ ਖੁਦਾ ਨਹੀਂ ਕਿਸੇ ਨੂੰ ਪਤਾ ਕੱਲ ਕੀ ਹੋਣਾ ਅੱਲਾ ਤਾਲਾ ਦੀ ਹਮਦੋ ਸਨਾ ਹਮਦਾ ਸਨਾਵਾਂ ਕਿਬਰਿਆਈ ਬੜਾਈ ਤਾਰੀਫਾਂ ਅੱਲਾ ਵਹਦਹੂ ਲਾ ਸ਼ਰੀਕ ਦੀ ਜ਼ਾਤ ਵਾਸਤੇ ਹੈ ਬੇਸ਼ੁਮਾਰ ਲਾ ਤਾਦਾਦ ਬੇਹੱਦੋ ਹਿਸਾਬ ਦਰੂਦ ਸਲਾਮ ਇਮਾਮੁਲ ਅੰਬੀਆ ਜਨਾਬ ਮੁਹੰਮਦੁਰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਦੀ ਜ਼ਾਤ ਅਕਦਸ ਦੇ ਹਜ਼ਰਾਤ ਬੇਮਿਸਾਲ ਸ਼ਾਨਦਾਰ ਤਬਲੀਗੀ ਇਸਲਾਹੀ ਪ੍ਰੋਗਰਾਮ ਅੱਜ ਦਾ ਮਸਮੂਨ ਸਈਦਨਾ ਸਈਦਨਾ ਰੱਬੇ ਜ਼ੁਲ ਜਲਾਲ ਦੀ ਅਜ਼ਮਤ ਔਰ ਸ਼ਾਨਾ ਵਾਲੇ ਪੈਗੰਬਰ ਹਜ਼ਰਤ ਯੂਸੁਫ ਅਲੈਹਿ ਸਲਾਤੋ ਵਸਲਾਮ ਦੀ ਅਜ਼ਮਤ ਸ਼ਾਨ ਹਾਲਾਤੋ ਵਾਕਿਆਤ ਸੀਰਤ ਦਾ ਤੀਸਰਾ ਹਿੱਸਾ ਸੋਮ ਇਨਸ਼ਾਅੱਲਾ ਤਫਸੀਰ ਸੂਰਾ ਯੂਸੁਫ ਆਜ ਮੁਕੰਮਲ ਹੋ ਜਾਏਗੀ ਇਨਸ਼ਾਅੱਲਾ ਦਿਲ ਜਮੀ ਨਾਲ ਪਿਆਰ ਮੁਹੱਬਤ ਨਾਲ ਬਹੁ ਅੱਲਾ ਪਾਕ ਇੱਕ ਇੱਕ ਮਿੰਟ ਬੈਠਣਾ ਕਬੂਲ ਫਰਮਾਏ ਫਾਜ਼ਿਲ ਨੌਜਵਾਨ ਹਜ਼ਰਤ ਮੌਲਾਨਾ ਹਕੀਮ ਅਬੂ ਸੁਫਿਆਨ ਹਮਜ਼ਾ ਜੱਟ ਸਾਹਿਬ ਔਰ ਮੁਹਤਰਮ ਫਤੀਬ ਇਸਲਾਮ ਕਾਰੀ ਅਮਜਦ ਜਾਵੇ ਸਿੱਦੀਕੀ ਸਾਹਿਬ ਫਤੀਬ ਮਰਕਜ਼ ਆਜ਼ਾ ਮੁਹਤਰਮ ਕਾਰੀ ਹਬੀਬੁਰ ਰਹਿਮਾਨ ਗੁਜਰ ਸਾਹਿਬ ਅੱਲਾ ਪਾਕ ਉਲਾਮਾ ਸਾਮਈਨ ਔਰ ਮੁਆਵਿਨੀਨ ਸਭਨਾਂ ਦੀਆਂ ਮਿਹਨਤਾਂ ਮੁਹੱਬਤਾਂ ਕਬੂਲ ਫਰਮਾਏ ਅਲਹਾਜ ਹਾਜੀ ਮੁਹੰਮਦ ਅਸਲਮ ਬੂਟਾ ਸਾਹਿਬ ਔਰ ਇਸੇ ਤਰ੍ਹਾਂ ਤੁਸਾਂ ਸਾਰੇ ਮੇਰੇ ਦੋਸਤ ਅਹਬਾਬ ਬੂਰੇ ਵਾਲਾ ਤੋਂ ਮੌਲਾਨਾ ਕਾਰੀ ਮੁਹੰਮਦ ਇਮਰਾਨ ਬਸ਼ੀਰ ਜਲਾਲਪੁਰੀ ਸਾਹਿਬ ਤਸ਼ਰੀਫ ਲਿਆਏ ਮੁਹਤਰਮ ਜਨਾਬ ਬਰਖੁਰਦਾਰ ਭਾਈ ਹਾਫਿਜ਼ ਅਬੂ ਹੁਰੈਰਾ ਅਤੀਕ ਸਾਹਿਬ ਤਸ਼ਰੀਫ ਲਿਆਏ ਔਰ ਖਤੀਬ ਇਸਲਾਮ ਕਾਰੀ ਅਬਦੁਲ ਵਕੀਲ ਸਿੱਦੀਕੀ ਸਾਹਿਬ ਕਰੋੜ ਪੱਕੇ ਤੋਂ ਮਾਸ਼ਾਅੱਲਾ ਲੰਬਾ ਸਫ਼ਰ ਤੈਅ ਕਰਕੇ ਆਏ ਸ਼ਾਨਦਾਰ ਖਿਤਾਬ ਫਰਮਾਇਆ ਚੌਧਰੀ ਅਤਾਉਲਾ ਸਾਹਿਬ ਦੀਗਰ ਮਹਿਮਾਨਾਂ ਨੇ ਗਿਰਾਮੀ ਉਲਾਮਾ ਮਾਸ਼ਾਅੱਲਾ ਕਾਰੀ ਸਾਹਿਬ ਵੀ ਤਸ਼ਰੀਫ ਲਿਆਏ ਇੱਧਰ ਵੀ ਉਲਾਮਾ ਬੈਠੇ ਅੱਲਾ ਪਾਕ ਸਭਨਾਂ ਦੀ ਹਾਜ਼ਰੀ ਕਬੂਲ ਫਰਮਾਏ ਤਵੱਜੋ ਮੇਰੀ ਤਰਫ ਰਹੇ ਮੈਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗਾ ਕਿ ਥੋੜੇ ਟਾਈਮ ਅੰਦਰ ਜ਼ਿਆਦਾ ਤੋਂ ਜ਼ਿਆਦਾ ਬਾਤਾਂ ਤੇ ਜਲਦੀ ਦੁਆ ਹੋ ਜਾਏ ਕੁਰਾਨ ਪਾਕ ਸੂਰਾ ਯੂਸੁਫ ਆਇਤ ਨੰਬਰ 93 ਨੰਬਰ ਆਇਤ ਹਜ਼ਰਤ ਯੂਸੁਫ ਅਲੈਹੀ ਸਲਾਤੁ ਵਸਲਾਮ ਭਰਾਵਾਂ ਨੂੰ ਮੁਆਫ ਕਰ ਦਿੱਤਾ ਦਰਗੁਜ਼ਰ ਕੀਤਾ ਹੁਣ ਪੁੱਛਿਆ ਅੱਬਾ ਜੀ ਦਾ ਕੀ ਹਾਲ ਹੈ ਹਜ਼ਰਾਤ ਇੱਥੋਂ ਤੱਕ ਗੱਲ ਮੁਕੰਮਲ ਹੋ ਗਈ ਸੀ ਫਿਰ ਆਇਤ ਨੰਬਰ 93 ਅੰਦਰ ਅੱਲਾ ਪਾਕ ਨੇ ਫਰਮਾਇਆ ਕਿ ਜਨਾਬ ਯੂਸੁਫ ਨੇ ਆਪਣਾ ਕੁਰਤਾ ਦੇ ਕੇ ਤੋਰਿਆ ਅਜੇ ਮਿਸਰ ਤੋਂ ਤੁਰਦੇ ਨੇ ਪਏ ਤੇ ਅੱਬਾ ਜੀ ਨੂੰ ਉਧਰ ਆਪਣੇ ਬੇਟੇ ਯੂਸੁਫ ਦੇ ਕੁਰਤੇ ਦੀ ਖੁਸ਼ਬੂ ਆ ਜਾਂਦੀ ਹੈ ਮੇਰੀ ਤਰਫ ਵੇਖਣਾ ਇਥੋਂ ਹੁਣ ਗੱਲ ਅੱਗੇ ਸ਼ੁਰੂ ਕਰਨੀ ਅਸਾਂ ਤਵੱਜੋ ਨਾਲ ਦਿਲ ਜਮੀ ਨਾਲ ਬਹੁ ਇਧਰ ਮੇਰੀ ਤਰਫ ਵੇਖੋ ਗੋਡੇ ਛੱਡ ਦਿਓ ਭਰਾਵਾਂ ਨੂੰ ਮੁਆਫ ਕਰ ਦਿੱਤਾ ਤੇ ਰੱਬ ਦੇ ਪੈਗੰਬਰ ਸਈਦ ਨੇ ਯੂਸੁਫ ਨੇ ਪੁੱਛਿਆ ਅੱਬਾ ਜੀ ਦਾ ਕੀ ਹਾਲ ਹੈ ਮਿਸਰ ਕਿਨਾਨ ਇਹ ਕੋਈ ਲੰਬਾ ਚੌੜਾ ਕਾਫੀ ਦਿਨਾਂ ਦਾ ਸਫ਼ਰ ਹੈ ਬਾਜ਼ ਆਉਂਦੇ ਨੇ 10 ਦਿਨ ਬਾਜ਼ ਆਉਂਦੇ ਨੇ ਇਹਦੇ ਨਾਲੋਂ ਵੀ ਜ਼ਿਆਦਾ ਦਿਨ ਮੁਸਲਸਲ ਸਫ਼ਰ ਤੈਅ ਕਰੋ ਫਿਰ ਕਿਤੇ ਰੁਕ ਜਾਓ ਪੈਦਲ ਊਂਟ ਘੋੜੇ ਦਾ ਸਫ਼ਰ ਇਹ ਸਵਾਰੀਆਂ ਊਂਟ ਘੋੜਾ
कोई जहाज या कोई बसा कारा का दौर नहीं कि फौरन ही उत्थे पहुंच जाते फौरन ही फिर दोबारा मिस्र आ जान, ये गल नहीं प्यारे भाईओ। ना टेलीफोन ना मोबाइल का दौर है, खता का दौर, रुके ते चिट्ठियां आईया कर दियां सुनिया जे गौर। अब्बा जी का रुका भी पढ़ लिया, भरावां नूं अपना दस दिता है, मुआफ भी कर दिता। हुण अब्बा जी का हाल जदों पुछिया ते भरावां दसिया यूसुफ अब्बा जान तेरी जुदाई अंदर रो रो के अखां दी बिनाई खत्म करके बैठे ने, औलादां दे दुख मां बाप नूं वक्त तू पहला बुढ़िया कर देंदे। खुदा दी कसम औलादां दा दुख मां बाप नूं बर्दाश्त नहीं। दसिया अबू जी ते अखां दी बिनाई चली गई, तेरी याद अंदर तेरी जुदाई अंदर हमेशा तेरा ही तज़करा करते रहिंदे ने। सईदना यूसुफ अली सलाम ने अपने अबू दे हालात जदों पता लग्या कैफियत दा जारो कतार रोन लग पे। फरमांदे ने अरशा वाले आ, इतने साल बाप बेटा सी जुदा रहे हैं ते जे आज मुलाकात दी अल्लाह तू इजाजत दे देवे ते अब्बा जी दी बिनाई कोई नहीं, ओ पुत्र नू वेखेगा किवें 40 साल बाद। जे एक दूसरे नू देख ना सकीए तो फिर जास्ते मुलाकात दी कोई नहीं। या अल्लाह मेरे अब्बे दियां अखां दुरुस्त फरमा, सुभान अल्लाह। ए दुआ कीती आसमान वाले रब ने फरमाया यूसुफ अपना कुर्ता उतार के भरावां दे हाथ भेज दे, इन्हां नू पैगाम दे दे तेरा कुर्ता बाबा जी याकूब दियां अखां ते ला दे। अल्लाह पाक फरमांदे ने मैं इसे कुर्ते दी बरकत नाल जनाबे याकूब अलैहि सलाम दियां अखां दी बिनाई वापसी लुटा देंगा। ये जनाबे यूसुफ अलैहि सलाम दा मौजज़ा है, कुदरत अरश वाले रब दी है। हजरात भरा कुर्ता लैके तुर पे। हुण गल सुनो, वो जिहड़े 10 भरा ने ना जिन्हां मारिया कुटिया ते खूह अंदर सुट्टन तो पहले यूसुफ दा कुर्ता ला के उन्हें झूठ मूठ दा खून ला के लै गए सन। मुअर्रखीन आंदे ने कुर्ते दियां भी बार बार कुराने पाक सूरह यूसुफ अंदर जिक्र है। हजरात इसे सूरत अंदर सूरह यूसुफ अंदर तीन अहम वाकियात ने कुर्ते दे मुतल्लक। एक दे जो कुर्ता ला के भरा खून ला के वापसी अब्बा जी को लै गए। दूसरे नंबर ते जदों ओ बीबी कमरियां दे अंदर बंद करके हजरात उन्हें बुराई का इरादा किया, जनाबे यूसुफ दौड़ पे ते आखिरी दरवाजे के बाहर छोटे जे बच्चे ने बोल के गवाही दी, अजीजे मिसर जनाबे यूसुफ का कुर्ता वेखो जे पिछू फटिया फिर बीबी झूठी है यूसुफ सच्चा है। जो कुर्ता चेक किया तो वाकई पिछू फटिया। तीसरा यह वाकया है जनाबे यूसुफ अपना कुर्ता उतार के अपने अब्बा जी की तरफ रवाना कर रहे हैं, सुभान। वो दसे भरा उन्हां चों एक बोल के आंदा वीर यूसुफ यह कुर्ता मैनू दे दे, भरावां नूं आंदा है यार कुर्ता मैनू फड़ाओ मैं लैके जाना, मैं अब्बा जी नूं जाके देना। क्यों? जदों आपां खूह अंदर सुट्टिया ते चूड़ मूड़ दा खून ला के मैं कुर्ता पकड़ के अब्बा जी को लै गया सा, अब्बा जी आ तेरे बेटे यूसुफ की निशानी है उन्होंने बिगाड़ खा गया। उदू अब्बा जी ने बड़ी तकलीफ हुई, यार अज मैनू कुर्ता फड़ा दे, उस गुनाह का कफारा भी अदा हो जाएगा, नाले मैं अब्बा जी राजी करा। उदू भी कुर्ता तुसा मैनू फड़ाया सी ते अज भी तुसी इजाजत दो खुशी नाल ये कुर्ता मैं लैके जाना है। भरावां क्या ठीक है, खुशी दे नाल कुर्ता उन्हें पकड़ा दिता है। ये काफिला हजरात इथो मिस्र तू तुर पे, अजे मिस्र तू तुरदे ने पे। अल्लाह पाक ने जनाबे याकूब अलैहि सलातु व सलाम नु जनाबे यूसुफ अलैहि सलाम दियां खुशबुआं पहुंचा दित्तियां। आओ जरा हुण गौर करिया जो कुरान पढ़िए, फरमाया बिस्मिल्लाहिर रहमानिर रहीम, फरमाया इज़हब बिकमीज़ी हाज़ा वअल्कुहु अला वजह अभी याति बसीरा वा
دونی بی اہلکم اجمعی اللہ پاک فرماتے ہیں جناب یوسف دا کرتا قمیض اے لے کے پرات تر پے نے ادھروں قمیض لے کے تر پے جناب یوسف نبی نے کرتا بھی دیتا فرمایا ابا جی دیاں اکھاں تے لا دے اجے اللہ پاک تندرستی دے دےوے گا تے سارے جمع ہو کے مصر اندر آ جاؤ 200 گھوڑے سواریاں لئی کوئی زادے را ساز و سمان سفر دی ضروریات مکمل سمان بھی نالی دیتا ہے اے سب کچھ لے جاؤ جناب یوسف نبی فرماندے نے ابا جی نو لے آنا اما جی نو سکیمہ تے فوت ہو گئی ہے ستیلی والدہ ماجدہ اما جی نو بھائیاں نو کیا بھائیو تساں اپنے بچے بیوی بچے سارے اے جتنے جڑا پہ یعقوب علیہ الصلوۃ والسلام دے خاندان والے آل اولاد سبنا نو کنان تو دوبارہ مصر لے آؤ اے سازو سامان لے جاؤ سواریاں لے جاؤ کوئی راشن پانی ضروریات سب کچھ دے کے تورے ہے ابا جی نو پروٹو کول نال ایتھے مصر لے آؤ تے جاندیاں کرتا اکھاں تے لا دینا اللہ پاک کرتے دی برکت نال شفا بھی عطا کر دےوے گا اے برا ایتھوں تر پے نے اللہ ذوالجلال فرما رہے نے فرمایا ولما فصلت العیر قال ابوهم انی لا اجد ریح یوسف لولا ان تفندون جناب یوسف علیہ السلام حضرات اینا پراوانو الوداع کر دیتا ہے پر آتور پینے دے اندر گئے بابا یعقوب علیہ السلام اپنے پوتے پوتیاں گھر جڑے بچے نے اینا نو بلایا آواز مار کے بابا جی کہن لگے میری گل سن لو انج لگ دے آج اللہ پاک نے رحمتہ کر دیتیاں میں آج میں نو میرے بیٹے یوسف دیاں خوشبوواں آ رہی ہیں آج بیٹے یوسف دیاں ٹھنڈیاں خوشبوواں آ رہی ہیں آج ٹھنڈیاں ہواواں آ رہی ہیں آج کوئی خوشخبریاں جاگدیاں نے باپ نے اپنے بچیاں نو یہ گل کیتی بابا یعقوب علیہ السلام نے اہل و عیال دے گھر والیاں نو نال یہ بھی کہہ دیتا لولا ان تفندون اے نہ کیا جے کہ بابا بزرگ ہو گیا ہے ایویں گلاں کری جاتا ہے اے میں بابا تیرا جے تہاڈیاں اے گلاں دا ڈر نہ ہوئے تے میں وضاحت کراں میری طرف ویکھنا فرمایا تسی اے گلاں کرو گے بابا بہم کر رہے ہے اجے اگے بھی یوسف کردا رہندا ہے آج پھر فرمایا نہیں خدا دی قسم آج میں میرے بیٹے یوسف دی خوشبو آ رہی ہے تے ذرا تھوڑا ترجمہ بھی نال سنتے جاؤ میاں عبدالستار مرحوم رحمہ اللہ تعالی بڑا پیارا ترجمہ کرتے نے بابا جی اپنی آل اولاد نو کرے بیٹھ کے پتا کی آمدے نے اے اولاد کہے پیغمبر اج خوشبو یوسف دی آوے اجے میں سٹارٹنگ کر رہا تو سبحان اللہ کہو چلو آج 4 گھنٹے نہیں ذرا کٹ کر لیں گے 2 کر لیں گے لیکن تسی کم از کم جاگو تو سی کہو سبحان اللہ اے اولاد پیغمبر اے اولاد کہے پیغمبر اج خوشبو یوسف دی آوے جے نہ آنکھو ہوش ٹکانے بڈا وہم علاوے گلاں نہ کرو تے میرے تے یقین کرو مینوں اج خوشبو آ رہی ہے ماشاءاللہ ساڈے حقانی صاحب بھی آ گئے نے ذوالفقار حقانی صاحب حافظ اللہ تعالی تے علماء آندے رہن گے اج حاجی صاحب کوئی کھوانا پینا چاہو چو پیانی کہ نہیں
अच्छा लो जी तुहाडे लई खाने दा भी इंतजाम है। सुभान अल्लाह, या अल्लाह जिन्ना इश्तिहार बनवाए लगवाए भरावां लई खाने दा बंदोबस्त, साउंड वाले वीडियो वाले भरा स्पीकर वाले कैमरे लगे ने, या अल्लाह सबना ते राजी हो जा उची आमीन को। बस तवज्जो तुहाडी चाहीदी है, इंशाअल्लाह अज नतीजे ते पहुंच जावांगे जल्दी इंशाअल्लाह। हाफिज सज्जाद खरल साहब आ जाओ, तुसी नहीं ती असी बाहर आ जाएंगे, तुहाडे को जल्दी करो इधर आ जाओ। अल्लाह पाक तंदुरुस्ती वाली लंबी जिंदगी दे। उलामा सारे आ जाओ, कुर्सियां उलामा वास्ते रखियां ने, शाबाश शाबाश शाबाश, उलामा कुर्सियां ते तशरीफ गिनना हो, आ जाओ आ जाओ आ जाओ। हजरात मेरी तरफ देखना, तवज्जो फरमाना, आमीना दे लाल जनाबे मोहम्मद सल्लल्लाहु अलैहि वसल्लम, मेरे पाक पैगंबर दे सीने ते अल्लाह पाक ने कुरान नाज़िल कर दिता है। फरमाया अल्लाह ज़ुलजलाल फरमा रहे ने रब्बुल आलमीन दा कुरान, वल्लम्मा फसलतिल ईरो काला अबूहुम इन्नी लअजिदु रीहा यूसुफ लअजिदु रीहा यूसुफ लौला तो ते मियां अब्दुस्सार मरहूम रहमहुल्लाह ताला फरमाते ने, बाबा यकूब उते कही जांदा है मजलिस अंदर नाल खुशी दे ते खबरां अजब सुनाइयां, अज प्यारे सजना कोलों ते सर्द हवावां आईयां, अज ठंडियां ते मिठियां खुशबुआं वालियां हवावां आ रहियां ने, अज प्यारे सजना वल्लों ते सर्द हवावां आईयां। कई जमाने यूसुफ ताई ते कितनियां मुद्दतां होईयां, कई जमाने यूसुफ ताई ते कितनियां मुद्दतां गईयां, अजे यकूब नबी दे ताई हिरस उम्मीदां रहियां। ओ 40 साल दा अरसा गुजर गया है, अजे भी उम्मीदां ला के बैठे ने के बेटा यूसुफ मिलेगा, बेटे ना मुलाकात होएगी। जे रब चाहे दर्द मंदानू, जे अल्लाह चाहे दर्द मंदानू मेले दूर गया नू, फिर हयाती आवन लगी कब्र बिच पियानू। जनाबे याकूब अलैहि सलातु वसलाम ने अपने घर दे अंदर जदों एक गल कीती ते सारे घर वाले कहन लग पे, आंदे ने बाबा जी कालू तल्लाहे, इधर मेरी तरफ वेखो आयत नंबर 95, कालू तल्लाहे इन्ना कलफी सलाल कल कदी। अबू जी अल्लाह दी कसम बिला शुबा, उसे पुरानी तुसी गल ते अजे भी अड़े हो के यूसुफ यूसुफ, अजे भी सरीहन उसे पुरानी गलती ते मुअर्रखी नांदे ने इशारा कीता कि उदों भी जनाबे यूसुफ नाल मुहब्बत सी, अजे भी ओही मुहब्बत तुहाडी बाकी है, ओही पुरानी गल। हजरात गल सुनिया दे इधर की है, आमीना दे लाल जनाबे मुहम्मद सल्लल्लाहु अलैहि वसल्लम दास्ताना कुरान पढ़ पढ़ के लोगों को पुराने किस्से, हजरात पहले नबियों के तज़किरे मेरे पाक पैगंबर लोगों को सुनाई जांदे ताकि लोग इबरत हासिल करन, हदायत हासिल करन, ताकि लोग ज्यादा तो ज्यादा कलमा पढ़ के दारा इस्लाम अंदर दाखिल हो जान। इधर मेरी तरफ देखे आ जे, फलम्मा अनजा फलम्मा
من جاء البشير القاه على وجه فرتد بصيرا قال الم اقل لكم اني اعلم من الله ما لا تعلمون. उतरो काफला आस्ता आस्ता मंजिल ब मंजिल सफर तय करता करता वो काफले वाले अब्बा जी को पहुंच जाते हैं। ते एक बशारत देने वाला खुशखबरी देने वाला जल्दी नाल अब्बा जी को लाया आके मुबारक देंदे अब्बा जी नु दसदा है अबू जी मुआफी दे दे आजे अबू जी मुआफी दे दे आजे और आनंद कालू या अबा ओ दसे भरा मुआफी मंगी जांदे कालू या अबाना नस्तगफिर लना ज़ुनूबना इन्ना कुन्ना खातिईन। अब्बा जी मुआफ करते हो अब्बा जी मुआफ करते हो अब्बा जी आंदे ने की गल अब्बा जी असी तुहाडे नाल झूठ बोलिया यूसुफ नु भेड़िए छेड़िए ने नहीं खाता भेड़िए ने कोई नहीं खाता असी ते कुर्ता ला के जान बुझ के खूह अंदर सुट के आए सन। ए अब्बा जान असी यूसुफ नु नहीं कोई नुकसान पहुंचाया ना भेड़िए ने नुकसान पहुंचाया असी ते बेच दिता सी ते जिस बादशाह कोल गल्ला लैंदे रहे आ ए अब्बा जी ओ साडा अपना वीरा ते तुहाडा पिछड़िया होया यूसुफ निकले सुभान अल्लाह। ओ बादशाह जिंदे कोल बार बार गल्ला लैण गए आ ओ साडा वीरा जनाबे यूसुफ ए अब्बा जान साडे कोल गलतियां हो गईयां सानू मुआफ कर दे आजे अब्बा जान सानू मुआफ कर दियो। अब्बू जी सुनी जांदे ने हिचकियां निकल गईयां सिसकियां निकल गईयां अब्बू जी आंदे ने पुत्रो मैं तुहानू कहिंदा सां ना जिहड़ियां गल्लां मैं जानना वा काल आलम अकुल लकुम इन्नी आलम मिन अल्लाह माला ताला नबी ते वही नाजल हुंदी है नबी ते अल्लाह पाक दा पैगाम ते वही आया करता है फरमाया जो मैं जानना वा तुहानू क्या करदा सन तुसी नहीं जानदे ते बाप खुदा दी कसम तेरे पतरे पखां जुआ सुजारी ने बेटे आंदे ने बाबा तेरे बेटे यूसुफ ने कुर्ता भेजे है कुर्ता पकड़ लवो सलाम दुआ भी दित्ती है फरमा रहे सन अब्बा जी दी अखां ते कुर्ता ला दे आजे अल्लाह पाक शिफावां दे देंगे अब्बा जी आ कुर्ता भेजिया है कुर्ता ते पकड़ो अल्लाह वजह फरतद बसीरा जनाबे याकूब अलैहि सलाम ने कुर्ता पकड़िया बिस्मिल्ला पढ़ के अपने बेटे दे कुर्ते नु अखां ते लाया खुदा दी कसम लोगो अल्लाह पाक ने अखां दी बिनाई वापसी लुटा दित्ती अखां दी बिनाई रब ने दोबारा लुटा दित्ती हुण पीने हो गए वेखण वाले हो गए ने ते मियां दस्तार हजरात इत्थे भी कमाल फरमा गए ने रहमाउल्ला ताला ओ कुर्ता हजरत यूसुफ वाला पकड़ हबीब हकानी सुभान अल्लाह ओ कुर्ता जनाबे यूसुफ वाला ते पकड़ हबीब हकानी पढ़ बिस्मिल्ला अखियां ऊपर ते लाया प्यार निशानी पल विच अखी रोशन होइया पल विच अखी रोशन होइया ज़ेबो नूरू भरिया फिर कारीगर कुदरत वाले रंग तो शाले ने धरिया
ਬਾਬਾ ਜੀ ਨੂੰ ਰੱਬ ਨੇ ਜਨਾਬੇ ਆਪਣੇ ਬੇਟੇ ਜਨਾਬੇ ਯੂਸਫ ਦੇ ਕੁਰਤੇ ਦੀ ਬਰਕਤ ਦੀ ਵਜ੍ਹਾ ਨਾਲ ਬਿਨਾ ਹੀ ਵਾਪਸੀ ਲੁਟਾ ਦਿੱਤੀ ਹੈ। ਹੁਣ ਪੁੱਛਣ ਲੱਗ ਗਏ ਮੇਰੇ ਯੂਸਫ ਦਾ ਕੀ ਹਾਲ ਹੈ, ਯੂਸਫ ਦੀ ਕੈਫੀਅਤ ਕੈਸੀ। ਬੇਟੇ ਸੱਜੇ ਖੱਬੇ ਬੈਠੇ, ਅੱਬਾ ਜੀ ਉਹਦੇ ਫੌਜਾਂ ਦੀ ਹਕੂਮਤ ਕਰਦਾ ਹੈ, ਅੱਲਾ ਪਾਕ ਨੇ ਮਿਸਰ ਦਾ ਬਾਦਸ਼ਾਹ ਬਣਾ ਦਿੱਤਾ ਹੈ, ਉਹ ਬਾਦਸ਼ਾਹ। ਫਰਮਾਇਆ ਦੌਲਤਾਂ ਤੇ ਬਾਦਸ਼ਾਹੀ ਨਹੀਂ, ਮੈਨੂੰ ਦੱਸੋ ਮੇਰੇ ਬੇਟੇ ਦਾ ਦੀਨ ਤੇ ਮਜ਼ਹਬ ਵੀ ਹੈ। ਉਹ ਕਿਹਾ ਆਪਣੇ ਬਾਪ ਦਾਦੇ ਦੇ ਦੀਨ ਤੇ ਹੀ ਹੈ, ਜ਼ਰਾ ਮੇਰੇ ਬੇਟੇ ਦੇ ਮਜ਼ਹਬ ਦੇ ਮੁਤਲਕ, ਅਕੀਦੇ ਦੇ ਮੁਤਲਕ ਦੱਸੋ। ਫਰਮਾਇਆ ਬਾਬਾ ਅੱਲਾ ਪਾਕ ਨੇ ਤੇਰੇ ਬੇਟੇ ਯੂਸਫ ਨੂੰ ਵੀ ਨਬੀ ਬਣਾ ਦਿੱਤਾ ਹੈ। ਅੱਬਾ ਜੀ ਆਪਣੇ ਆਪਾ ਉਹ ਅਜਦਾਦ ਦੇ ਦੀਨ ਤੇ ਹੀ ਹੈ, ਤੇ ਰੱਬ ਨੇ ਨਬੂਵਤ ਅਤਾ ਕਰ ਦਿੱਤੀ ਹੈ। ਇਹ ਜੇ ਅਸਲ ਖੁਸ਼ੀ ਵਾਲੀ ਗੱਲ ਕਿ ਬੇਟੇ ਦਾ ਅਕੀਦਾ ਦਰੁਸਤ ਹੈ, ਬੇਬਾ ਖੁਦਾ ਦੀ ਕਸਮ ਰਾਜ਼ੀ ਹੋ ਗਿਆ। ਫਰਮਾਇਆ ਮੈਨੂੰ ਬਹੁਤੀ ਫਿਕਰ ਸੀ ਕਿਤੇ ਅਕੀਦਾ ਲਹਿਦਾ ਤੇ ਮੁਸਤਕਿਲ ਵੰਡ ਤੇ ਜੁਦਾਈ ਨਾ ਪੈ ਜਾਏ, ਤੇ ਆਪਣੇ ਆਪਾਓ ਅਜਦਾਦ ਦੇ ਦੀਨ ਤੇ ਇਹ ਖੁਸ਼ੀ ਵਾਲੀ ਗੱਲ ਹੈ। ਤੇ ਸਾਰੇ ਬੇਟੇ ਦਾਏ ਬਾਏ ਬੈਠੇ ਨੇ, ਕਹਿੰਦੇ ਨੇ ਅੱਬੂ ਜੀ ਇਹ 200 ਘੋੜੇ ਭੇਜੇ ਨੇ, ਸਾਜ਼ੋ ਸਮਾਨ ਸਾਦੇ ਰਾਹ ਕਸੀਰ ਤਦਾਦ ਅੰਦਰ, ਤੇ ਤੁਹਾਡੇ ਬੇਟੇ ਯੂਸਫ ਨੇ ਪੈਗਾਮ ਦਿੱਤਾ ਹੈ। ਅੱਬੂ ਜੀ ਨੂੰ ਸਲਾਮ ਵੀ ਕਿਹਾ ਜੇ, ਤੇ ਅੱਬੂ ਜੀ ਨੂੰ ਸਾਰੇ ਰਿਸ਼ਤੇਦਾਰ ਕੌਮ ਕਬੀਲੇ ਨੂੰ ਉੱਥੋਂ ਕਿਨਾਰ ਤੋਂ ਮਿਸਰ ਅੰਦਰ ਲੈ ਆਓ, ਸਾਰੇ ਖਾਨਦਾਨ ਨੂੰ ਬੁਲਾਇਆ। ਸੁਣੋ ਜ਼ਰਾ ਧਿਆਨ ਨਾਲ, ਜਨਾਬੇ ਯਾਕੂਬ ਅਲੈਹੀ ਸਲਾਤੂ ਵਸਲਾਮ ਲਈ ਬੇਹਤਰੀਨ ਕੱਪੜਿਆਂ ਦੇ ਜੋੜੇ, ਦੀਗਰ ਸਾਦੇ ਰਾਹ, ਆਪਣੇ ਬੇਟੇ ਜਨਾਬੇ ਯੂਸਫ ਅਲੈਹਿ ਸਲਾਮ ਨੇ ਬਾਪ ਵਾਸਤੇ ਸਾਜ਼ੋ ਸਮਾਨ ਭੇਜੇ ਹੈ। ਹੁਣ ਤਿਆਰੀ ਸ਼ੁਰੂ ਕਰ ਦਿੱਤੀ, ਹਜ਼ਰਾਤ ਤਿਆਰੀ ਕਰਕੇ ਜਾਂਦੇ ਆ, ਇਹ ਵੀ ਕਮ ਅਜ਼ ਕਮ ਕਈ ਮਹੀਨੇ ਲੱਗ ਗਏ। ਗੌਰ ਕਰਨਾ, ਬਾਜ਼ ਰਵਾਇਆਤ ਅੰਦਰ ਹੁੰਦਾ ਕੋਈ 250 ਅਫਰਾਦ ਨੇ, ਕਈ ਆਉਂਦੇ ਨੇ 200 ਅਫਰਾਦ। ਹਜ਼ਰਤ ਅਬਦੁੱਲਾ ਬਿਨ ਅੱਬਾਸ ਰਜ਼ੀ ਅੱਲਾਹ ਫਰਮਾਉਂਦੇ, ਆਕਾ ਫਰਮਾਉਂਦੇ ਨੇ ਜਨਾਬੇ ਯਾਕੂਬ ਅਲੈਹਿ ਸਲਾਮ ਦੇ ਬੇਟੇ ਨੂੰ ਪੋਤੇ ਦੇ ਅੱਗੇ ਸਾਰੇ ਖਾਨਦਾਨ ਨੂੰ ਮਿਲਾ ਕੇ ਕੁੱਲ 93 ਅਫਰਾਦ ਨੇ, 93 ਅਫਰਾਦ ਦਾ ਕਾਫਲਾ ਇਧਰੋਂ ਕਿਨਾਨ ਤੋਂ ਮਿਸਰ ਦੀ ਤਰਫ ਤੁਰ ਪਿਆ। ਇਹ ਕਿਨਾਨ ਤੋਂ ਮਿਸਰ ਦੀ ਤਰਫ ਤੁਰ ਪੈਂਦੇ ਨੇ, ਤੁਰਨ ਤੋਂ ਪਹਿਲੇ ਇਹਨਾਂ ਬੇਟਿਆਂ ਨੇ ਅੱਬਾ ਜੀ ਨੂੰ ਕਿਹਾ, ਅੱਬੂ ਜੀ ਉਹ ਜਿਹੜੀਆਂ ਗਲਤੀਆਂ ਨੇ ਸਾਡੀਆਂ ਮੁਆਫ਼ ਕਰ ਦੇਣਾ, ਉਹ ਗਲਤੀਆਂ ਮੁਆਫ਼ ਕਰ ਦਿਆ ਜੇ। ਅੱਬੂ ਜੀ ਅੱਲਾ ਪਾਕ ਅੱਗੇ ਦੁਆ ਕਰੋ, ਰੱਬ ਸਾਨੂੰ ਮੁਆਫ਼ ਕਰ ਦੇਵੇ, ਰੱਬ ਕੋਲੋਂ ਵੀ ਸਾਨੂੰ ਮੁਆਫ਼ੀ ਲੈ ਦਿਓ, ਅੱਲਾ ਪਾਕ ਕੋਲੋਂ ਮੁਆਫ਼ੀ ਲੈ ਦਿਓ। ਤੇ ਬਾਪ ਅੰਦਰ ਕਾਲ ਮੈਂ ਜ਼ਰੂਰ ਤੁਹਾਡੇ ਵਾਸਤੇ ਅੱਲਾ ਪਾਕ ਦੇ ਹਾਂ ਬਖਸ਼ਿਸ਼ ਦੀ ਦੁਆ ਕਰਾਂਗਾ। ਇੱਥੋਂ ਨਿਕਲ ਮੈਂ ਕੁਰਾਨ ਅੰਦਰ, ਫਲੰਮਾ ਦਖਲੂ ਅਲਾ ਯੂਸੁਫਾ ਆਵਾ ਇਲੈਹਿ ਅਬਵੈਹਿ ਵਕਾਲਾ ਦਖਲੂ ਮਿਸਰਾ ਇਨਸ਼ਾ ਅੱਲਾਹੁ ਆਮਿਨੀ। ਹਜ਼ਰਾਤ ਬੇਟਾ ਆਪਣੇ ਅੱਬੂ ਨੂੰ ਮਿਲਣਾ ਚਾਹੁੰਦਾ ਹੈ, ਤੇ ਬਾਪ ਆਪਣੇ ਬੇਟੇ ਨੂੰ। ਉਹ 40 ਸਾਲਾਂ ਵਾਲੀ ਹਾਫਿਜ਼ ਇਬਨੇ ਕਸੀਰ ਆਂਦੇ ਨੇ, ਲੰਬੀ ਜੁਦਾਈ ਵਾਲੀ ਮੁੱਦਤ ਅੱਜ ਖਤਮ ਹੋਣ ਲੱਗੀ ਹੈ। ਇਧਰ ਇਹ ਕਾਫਲਾ ਕਿਨਾਨ ਤੋਂ ਨਿਕਲ ਪਿਆ ਹੈ, ਜਨਾਬੇ ਜਿਬਰਾਈਲ ਨੇ ਹਜ਼ਰਤ ਯੂਸਫ ਨੂੰ ਪਲ ਪਲ ਦੀਆਂ ਖਬਰਾਂ ਦਿੱਤੀਆਂ। ਜਨਾਬੇ ਯੂਸਫ ਹੁਣ ਤੁਹਾਡੇ ਅੱਬਾ ਜੀ ਆਪਣੀ ਆਲ ਔਲਾਦ ਸਮੇਤ ਨਿਕਲ ਪਏ ਨੇ ਤੇ ਮਿਸਰ ਨੂੰ ਰਵਾਨਾ ਹੋ ਪਏ ਨੇ। ਤੁਹਾਡੇ ਨਾਲ ਮੁਲਾਕਾਤ ਦਾ ਮੰਜ਼ਰ ਬਿਲਕੁਲ ਕਰੀਬ ਹੈ। ਹਜ਼ਰਤ ਜਨਾਬੇ ਜਿਬਰਾਈਲ ਇਹ ਪਲ ਪਲ ਦੀਆਂ ਖਬਰਾਂ ਦਿੰਦੇ ਰਹੇ। ਕਾਫਲਾ ਤੁਰਦਿਆਂ ਤੁਰਦਿਆਂ ਮੁਸਲਸਲ ਕਈ ਦਿਨਾਂ ਦਾ ਸਫ਼ਰ ਤੈਅ ਕਰਕੇ ਮਿਸਰ ਪਹੁੰਚੇ ਨੇ, ਤੇ ਅਜੇ ਮਿਸਰ ਤੋਂ ਥੋੜਾ ਕੁ ਦੂਰ ਹੀ ਨੇ। ਜਨਾਬੇ ਯੂਸਫ ਅਲੈਹਿ ਸਲਾਮ ਨੇ ਆਪਣੇ ਦੋਸਤਾਂ ਭਾਈਆਂ ਸਾਥੀਆਂ ਤੇ ਫੌਜੀਆਂ ਨੂੰ ਤਿਆਰ ਕੀਤਾ,
के अब्बा जी दे परोटो कोल लई इस्तकबाल लई जरा मिस्र तों बाहर निकल के आना है सोना ते बेहतरीन घोड़ा जनाबे यूसुफ अली सलाम ने मंगवाया शाहाना लिबास पाया हजरत आली शान ते दस्तर कलीना दा बंदोबस्त कीता मिस्र तों घोड़े ऊंट काफले दी शक्ल अंदर अपने अब्बा जी दी ज़ियारत लई अप्पू जी दी इस्तकबाल लई निकल पैंदे ने ए बहुत बड़ा काफले दी शक्ल अंदर सैकड़ों अफराद जनाबे यूसुफ अली सलाम नाल मिल के मिस्र तों निकले और कई मर्द कई औरतां मिस्र दे लोगां दे दिल दी खास है कि जनाबे यूसुफ मिस्र दा बादशाह है ते नाले नबी है ए अब्बा जान जनाबे याकूब अलैहि सलाम ओ भी रब दे नबी ने आज मुद्दतां दे बाद बाओ बेटे दी मुलाकात होएगी ते मंजर कितना दर्दनाक होएगा लोगां दिल अंदर खाश कीती ते बाप बेटे दी मुलाकात दा मंजर वेखिए नाले नबी ने नबियां दी ज़ियारत करना ए भी ते सआदत मंदी दी बात है मुअर्रखीना दे ने लोगो कहत ਸਾਲੀ ਦੇ ਜਿਹੜੇ 7 ਸਾਲ ਨੇ 4 ਸਾਲ ਗੁਜ਼ਰ ਗਏ 3 ਸਾਲ ਅਜੇ ਬਾਕੀ ਨੇ ਤੇ ਬਾਬਾ ਯਾਕੂਬ ਅਲੈਹਿ ਸਲਾਮ ਆਪਣੀ ਆਲ ਔਲਾਦ ਸਮੇਤ ਬੇਟੇ ਦੀ ਦਾਵਤ ਤੇ ਮਿਸਰ ਅੰਦਰ ਤਸ਼ਰੀਫ ਲੈ ਆਏ ਇਧਰੋਂ ਕਾਫਲਾ ਜਨਾਬੇ ਯਾਕੂਬ ਅਲੈਹਿ ਸਲਾਮ ਦਾ ਜੋ ਜੋ ਕਰੀਬ ਜਾ ਰਿਹਾ ਉਧਰੋਂ ਜਨਾਬੇ ਯੂਸਫ ਮਿਸਰ ਤੋਂ ਨਿਕਲ ਕੇ ਸਾਥੀਆਂ ਸਮੇਤ ਪਾਰ ਆ ਗਏ ਨੇ ਇੱਕ ਜਗ੍ਹਾ ਤੇ ਸਵਾਰੀ ਤੋਂ ਜਨਾਬੇ ਯਾਕੂਬ ਅਲੈਹਿ ਸਲਾਮ ਨੀਚੇ ਉਤਰੇ ਆਪਣੇ ਬੜੇ ਬੇਟੇ ਨੂੰ ਬੁਲਾਇਆ ਔਰ ਨੌਜਵਾਨੋ ਗੱਲ ਸੁਣਿਆ ਜੇ ਬੇਟੇ ਬਾਪ ਦੀ ਲਾਠੀ ਬਾਪ ਦਾ ਸਹਾਰਾ ਬੁਢਾਪੇ ਦਾ ਸਹਾਰਾ ਹੋਇਆ ਕਰਦੇ ਨੇ ਬੜੇ ਬੇਟੇ ਯਾਕੂਬ ਅਲੈਹਿ ਸਲਾਮ ਨੇ ਆਪਣੇ ਬੜੇ ਬੇਟੇ ਨੂੰ ਬੁਲਾਇਆ ਉਹਦੇ ਮੋਢੇ ਤੇ ਹੱਥ ਰੱਖੇ ਹੈ ਮੋਢੇ ਤੇ ਹੱਥ ਰੱਖ ਕੇ ਨਜ਼ਰ ਮਾਰਦੇ ਨੇ ਆਂਦੇ ਨੇ ਬੇਟਿਓ ਇਤਨਾ ਬੜਾ ਕਾਫਲਾ ਐ ਫੌਜਾਂ ਐ ਲਸ਼ਕਰ ਕਾਹਦਾ ਹੈ ਤੇ ਬੇਟੇ ਆਂਦੇ ਨੇ ਬਾਬਾ ਜੀ ਇਹ ਲਸ਼ਕਰ ਫੌਜਾਂ ਜਨਾਬੇ ਯੂਸੁਫ ਅਲੈਹਿ ਸਲਾਮ ਦੀਆਂ ਇਹ ਤੁਹਾਡਾ ਆਪਣਾ ਸਕਾ ਬੇਟਾ ਤੁਹਾਡੀ ਜ਼ਿਆਰਤ ਲਈ ਤੁਹਾਡੇ ਇਸਤਕਬਾਲ ਇਹਤਰਾਮ ਲਈ ਨਿਕਲ ਕੇ ਘਰੋਂ ਬਾਹਰ ਆਇਆ ਹੈ ਆਪਣਾ ਤਖਤ ਛੋੜ ਕੇ ਤੁਹਾਡੀ ਜ਼ਿਆਰਤ ਲਈ ਆ ਰਿਹਾ ਇਹ ਤੁਹਾਡਾ ਬੇਟਾ ਹੈ ਖੁਦਾ ਦੀ ਕਸਮ ਦਿਲ ਦੀਆਂ ਹਸਰਤਾਂ ਜਨਾਬੇ ਯਾਕੂਬ ਅਲੈਹਿ ਸਲਾਮ ਦੀਆਂ ਬੇਟੇ ਯੂਸੁਫ ਦਾ ਚਿਹਰਾ ਕਿਵੇਂ ਦਾ ਹੋਇਆ ਹੋਏਗਾ ਜਵਾਨ ਹੋ ਗਏ ਤੇ ਦਾੜੀ ਮੇਰੇ ਬੇਟੇ ਨੂੰ ਕਿਵੇਂ ਫੱਬਦੀ ਹੋਏਗੀ ਇਹ ਸਾਰੀਆਂ ਮਾਪਿਆਂ ਦੇ ਦਿਲਾਂ ਦੇ ਅੰਦਰ ਗੱਲਾਂ ਹੁੰਦੀਆਂ ਨੇ ਨਾ ਐਸੇ ਦੇ ਅੰਦਰ ਬਾਤਾਂ ਮੇਰੇ ਬੇਟੇ ਦਾ ਚਿਹਰਾ ਸੁਭਾਨ ਅੱਲਾ ਕੈਸਾ ਪਿਆਰਾ ਸੋਹਣਾ ਤੇ ਉਦੋਂ ਬਚਪਨ ਅੰਦਰ ਵੀ ਸੀ ਹੁਣ ਕੈਸਾ ਬਣ ਗਿਆ ਹੋਏਗਾ ਦਾੜੀ ਕੈਸੀ ਫੱਬਦੀ ਹੋਏਗੀ ਕੱਦ ਕੈਸਾ ਹੋਏਗਾ ਇਹ ਸਾਰੀਆਂ ਗੱਲਾਂ ਸੇਮ ਦੇ ਅੰਦਰ ਤੇ ਜਨਾਬੇ ਯੂਸੁਫ ਅਲੈਹਿ ਸਲਾਮ ਫਰਮਾਉਂਦੇ ਨੇ ਮੇਰੇ ਅੱਬਾ ਜਾਨ ਮੇਰੀ ਜੁਦਾਈ ਅੰਦਰ ਰੋ ਰੋ ਕੇ ਬਿਮਾਰ ਹੋ ਗਏ ਅੱਜ ਇਤਨੇ ਅਰਸੇ ਬਾਅਦ ਅੱਬਾ ਜੀ ਨੂੰ ਮਿਲਣਾ ਤੇ ਅੱਬਾ ਜੀ ਨੂੰ ਮਿਲਣਾ ਰੱਬ ਨੇ ਇੱਜ਼ਤਾਂ ਵੀ ਦਿੱਤੀਆਂ ਮੁਕਾਮ ਵੀ ਦਿੱਤਾ ਹੈ ਰੱਬ ਨੇ ਸਬਰ ਦੀ ਤੋਫੀਕ ਵੀ ਦਿੱਤੀ ਹੈ ਉਧਰ ਬੇਟਾ ਆਪਣੇ ਦਿਲ ਦੀਆਂ ਹਜ਼ਰਤ ਖਾਸ਼ਾ ਤੇ ਹਸਰਤਾਂ ਲੈ ਕੇ ਅੱਬੂ ਦੀ ਜ਼ਿਆਰਤ ਲਈ ਤੁਰ ਪਏ ਇਧਰ ਅੱਬਾ ਤੁਰ ਪਿਆ ਖੁਦਾ ਦੀ ਕਸਮ ਮੁਲਾਕਾਤ ਤੋਂ ਪਹਿਲਾਂ ਹੀ ਤ੍ਰਿਪ ਤ੍ਰਿਪ ਆਸੂ ਪਾ ਬੇਟੇ ਦੇ ਡੁੱਲਦੇ ਨੇ ਪਏ ਦੂਰੋਂ ਨਜ਼ਰਾਂ ਪਈਆਂ ਅਜੇ ਕਰੀਬ ਨਹੀਂ ਦੂਰੋਂ ਨਜ਼ਰਾਂ ਬੇਟਾ ਆਪਣੇ ਅੱਬੇ ਯਾਕੂਬ ਨੂੰ ਵੇਂਦਾ ਤੇ ਆਹੀ ਨਿਕਲ ਗਈਆਂ ਬੇਟੇ ਨੇ ਅੱਬੂ ਨੂੰ ਦੇਖਿਆ ਸਾਰੋ ਕਤਾਰ ਰੋ ਰਹੇ ਬਾਪ ਆਪਣੇ ਪੁੱਤਰ ਨੂੰ ਵੇਂਦਾ ਤੇ ਆਹੀ ਨਿਕਲ ਗਈਆਂ ਇੱਥੇ ਮਿਸਰ ਵਾਲੇ ਕਿਨਾਨ ਵਾਲੇ ਇਹ ਦਰਦਨਾਕ ਮੰਜ਼ਰ ਵੇਂਦੇ ਨੇ ਪਏ ਤੇ ਜਦੋਂ ਮੁਲਾਕਾਤ ਹੋਣ ਲੱਗੀ ਹੈ ਆਸਮਾਨ ਦੇ ਮਲਾਇਕਾ ਨੂਰੀ ਫਰਿਸ਼ਤੇ ਆਉਂਦੇ ਨੇ ਅਰਸ਼ਾਂ ਵਾਲਿਆ ਰੱਬਾ ਅਰਸ਼ਾਂ ਵਾਲਿਆ ਖਾਲਕਾ ਏ ਅੱਲਾ ਸਾਨੂੰ ਇਜਾਜ਼ਤ ਦੇ ਦੇ ਅਸੀਂ ਵੀ ਜਾ ਕੇ ਜਨਾਬੇ ਯੂਸਫ ਤੇ ਯਾਕੂਬ ਦੀ ਮੁਲਾਕਾਤ ਦਾ ਮੰਜ਼ਰ ਵੇਖ ਲਈਏ ਆਸਮਾਨ ਤੋਂ ਫਰਿਸ਼ਤੇ ਮਲਾਇਕਾ ਅੱਲਾ ਪਾਕ ਕੋਲ ਇਜਾਜ਼ਤ ਲੈ ਕੇ ਜ਼ਮੀਨ ਤੇ ਆਏ ਚਾਰ ਚੁਫੇਰੇ ਹਜ਼ਰਤ ਮਲਾਇਕਾ ਸਫਾ ਬਣਾ ਕੇ ਫਰਿਸ਼ਤੇ ਖੜੇ ਨੇ ਇਹ ਵੀ
मंजर वेखण आए ने। मिस्र दे सैकड़ों लोग ने किनान वाले ने मिया दुस्तार मरहूम रहमाहुल्ला इथे बड़ी प्यारी गल समझा गए। बाप बेटे दी करण ज़ियारत ते नूरी फौजां आईयां। बाप बेटे दी करण ज़ियारत ते नूरी फौजां आईयां। नाल मुहब्बत चारों तरफों अदबों सफां बनाईयां। सोना घोड़ा ते सोना यूसुफ ते सोना हुसन सहावे। सोना घोड़ा सोना यूसुफ ते सोना हुसन सहावे। जित वल नजर मुबारक पावे तब कसमी हिलावे। आसमान तो नूरी भी है मुलाकात दा मंजर वेखदा है। बाप अगे बढ़े ते जना बेबे यूसुफ अलैहि सलाम अबू जी दे करीब आके उच्ची बोल के आंदे ने बाबा अस्सलामु अलैकुम। सलाम कह के अपने अबू जी दे गले लगे ते बाप ने थप्पा पा लिया जफ्फी पा ली सीने नाल सीना लाया। खुदा दी कसम अबू दी हिचकियां ते सिसकियां ओ मुद्दता दी जुदाई अल्लाह पाक ने आज खत्म कर दिती है। बेटा बूदे सीने लगे दुखी मजबूर सर रोए ते मोहब्बत परी गोद मिल जाए आंसू ते तके नाल ही निकल होते। आज जनाबे यूसुफ दा जी कर रहे हैं कि 40 साल वाला दुख आज रो रो के अबू दे सीने लग के आज गम खत्म कर लवा। रोई जांदे अबू जी अपने बेटे नु सीने ला के खुदा दी कसम छड़न दा ना ही नहीं ले रहे। जफ्फी पाई बगलगीर होए ने पुत्र नु छोड़न दा नाम नहीं ले रहे। यूसुफ दा मत्था चुमे रुखसार चुमे अपने यूसुफ दे बेटे जनाबे याकूब अलैहि सलाम ने अपने बेटे यूसुफ दे पत्थे ते गल्लां ते रुखसारां ते बोसे लई जांदे। अब्बा चुम्मी जांदा है सीने लाई जांदा है कदे बेटे दे हाथ चुमदा है कदे चेहरा चुमदा है। बेटा अबू दा मत्था चुमदा है बाप बेटा दोनों रोई जांदे ए मंजर वेख के जितने किनानी आए जितने मिस्री आए ने सारिया दियां आही निकल गई। ਇਹਦੇ ਖਵਾਤੀਨੋ ਮਰਦ ਹਜ਼ਰਾ ਜਿਤਨੇ ਆਏ ਨੇ ਸਾਰੇ ਰੋਈ ਜਾਂਦੇ ਨੇ। ਇਹ ਦਰਦਨਾਕ ਮੰਜ਼ਰ ਹਜ਼ਰਾਤ ਉਹ ਦੁੱਖ ਉਹ ਪਰੇਸ਼ਾਨੀ ਉਹ ਜੁਦਾਈ ਸਾਰੇ ਯਾਦ ਕਰਕੇ ਰੋਈ ਜਾਂਦੇ ਨੇ। ਤੇ ਮੀਆਂ ਅਬਦੁਸਾਰ ਨੇ ਇੱਥੇ ਵੀ ਗੱਲ ਕਹੀ ਹੈ ਜਨਾਬੇ ਯੂਸੁਫ ਨੇ ਅੱਲਾ ਪਾਕ ਦੀ ਤਾਰੀਫ ਕਰਦੇ ਆ ਰੱਬ ਦਾ ਸ਼ੁਕਰ ਅਦਾ ਕਰਦੇ ਆ ਅੱਬਾ ਜੀ ਨੂੰ ਸੀਨੇ ਲਾਇਆ ਹੈ ਹਮਦ ਖੁਦਾ ਕਰ ਹਜ਼ਰਤ यूसुफ ते जल्दी कदम उठाया। बैतुल्ला जिवें हाजियां कर ते मुड़कर नजरी आया। जिवें हाजियां नूं बैतुल्ला बड़ा प्यारा होंदा है किबला होंदा है इंज बैतुल्ला दी तरह अपने अब्बे दी ज़ियारत करके आही निकल गईयां। बैतुल्ला जिवें हाजियां कारण ते मुड़कर नजरी आया। दोनों तरफों मिलने कारण ते गल विच बाही पईयां। अस्सलामु अलैकुम हजरात ज़बाना ते सलाम है ते जफ्फी पाई खुशियां पै गईयां। सलाम हद च रुक जांदा है हिचकियां निकल गईयां। दोनों तरफों मिलने कारण ते गल विच बाही पईयां। दर्द फिराकों ओसे वेले आही निकल गईयां।
अस्सलाम वालेकुम यूसुफ बाप सुनाया ओए रही सलाम ज़माना अंदर ते गश विच पै गए ओए बाप बेटा दोनों ही रो रहे हजरात एक दूजे दे गले लगे ने हजरात एक दूजे दे गले बाप बेटा लगे ते रोई जांदे ने रोई जांदे हिचकियां सिसकियां अस्सलाम वालेकुम यूसुफ क्या बाप सुनाया ओवें रही सलाम जबान अंदर ते रश विच पै गए तोवे गल विच पकड़ याकूब नबी गल विच पकड़ याकूब यूसुफ नू ते छड़न विच ना आवे कौन करे मंजूर जुदाई जे रब यार मिलावे हजरात रो रो के काफी देर रोन वाला मंजर सिस्कियां लोकां दियां बुलंद हुंदियां रहियां हजरात इत्थे भरावां नाल मुलाकात जनाबे याकूब अलैहि सलाम दी मिस्र दे दीगर लोकां नाल मुलाकात फरमाया अब्बा जी आओ जरा मिस्र अपने घर चलिए जरा बादशाह मैं वक्त दा अल्लाह पाक ने मैनूं हुकूमत अता फरमाई जरा दरबार अंदर चलिए हवेली अंदर चलिए तख्त ते चलिए अपने अब्बा जी नूं बड़े प्रोटोकॉल अंदाज दे नाल याकूब अलैहि सलाम जनाबे यूसुफ लेके अपने घरे तशरीफ फरमा हजरात आलीशान जितने मेहमान ने सबना नु आलीशान प्रोटोकॉल दे नाल कमरे ते घर शाही मेहमान बनाया जनाबे यूसुफ अली सलाम ने इरादा कीता कि हुण मैं सारे मिस्र नूं बुलावां ताकि अब्बा जी नाल मुलाकात भी हो जाए तारफ भी हो जाए ते मेरे भरावां खानदान वालियां नूं मेरी हैसियत दा सही तरह पता लग जाए कि रब ने कितनियां अजमतां शाना रब ने किवें मुकाम दिता है इधर मेरी तरफ वेखिया जे अल्लाह जुल जलाल दा कुरान आंदा है हजरत यूसुफ सलाम दे मां बाप जदो खैरो अबियत ना मिस्र अल्लाह पाक ने पहुंचा दिता अल्लाह जुल जलाल फरमा रहे ने ए मेरे महबूब जी ऐलान कर दियो फरमाया फलम्मा दखलू अला यूसुफा आवा इलैह अबवैह वकाल दखलू मिस्रा इंशा अल्लाह मिनस इंशा अल्लाह बाप ते वालदा मां बाप दोनों वालदैन इथों अम्मी तो मुराद हजरात सुतेली मां है इन्हां नूं अपने कोल जनाब यूसुफ ने जगह दित्ती है ते अल्लाह पाक ने खैरो अफियत अमन अमान नाल मिस्र पहुंचा दिता हुण सारे मिस्र दे लोगां नूं जनाब यूसुफ अली सलाम ने बुलाया है खुद अच्छी पोशाक शहाना लिबास पहन के अपने तख्त ते जदों आए ते मिस्र दे सैकड़ों अफराद ओ किनान वाले रिश्तेदार सारे कौम कबीले ते खानदान वाले ओ भी मंजर बिंदे ने पे जनाबे यूसुफ अली सलाम जदों तख्त ते आए ते सारे मिस्र वाले आप दा हुस्न रोम खुदा दी कसम ते जाहो जलाल वेख के अजमत शान ते शानो शौकत वेख के ए जितने मिस्र वाले ने सजदे अंदर पै गए ए तासीमी सजदा है ते जनाबे यूसुफ अली सलाम दे ओ 10-11 भाई बिन्यामीन समेत ओ भी सजदे अंदर ते जनाबे यूसुफ दे वालदे मोहतरम ते अम्मा जान ओ भी तासीमी सजदे अंदर इधर वेखो कुरान कह रहे है फरमाया हुआ रफा अब वही है अलल अर्श वखरू लहू सुजदा वखरू लहू सुजदा जनाबे यूसुफ दी शानो शौकत वेख के मिस्र वाले भी सजदे पै गए
ਭਰਾ ਵੀ ਸਜਦੇ ਪੈ ਗਏ ਤੇ ਅੱਬਾ ਜੀ ਅੰਮਾ ਜਾਣ ਵੀ ਤੇ ਜਨਾਬੇ ਯੂਸਫ ਆਉਂਦੇ ਨੇ ਅੱਬਾ ਜੀ ਤੁਹਾਡੀ ਤੁਸੀਂ ਮੇਰੇ ਵਾਲਦੇ ਮੋਹਤਰਮ ਹੋ ਤੁਹਾਡੀ ਆਪਣੀ ਸ਼ਾਨ ਅਜ਼ਮਤ ਬੜੀ ਹੈ ਤੇ ਅੱਬਾ ਜੀ ਨਾਲੇ ਤੁਸੀਂ ਰੱਬ ਦੇ ਨਬੀ ਹੋ ਤੁਸੀਂ ਰੱਬ ਦੇ ਨਬੀ ਹੋ ਤੁਸੀਂ ਸਜਦਾ ਤੇ ਫਿਰ ਆਪ ਹੀ ਕਹਿਣ ਲੱਗ ਪਏ ਅੱਬਾ ਜੀ ਇਹ ਜਿਹੜਾ ਅੱਜ ਸਜਦਾ ਹੋ ਰਿਹਾ ਤਸੀ ਮੀ ਵਕਾਲ ਯਾ ਅਬਦ ਹਾਜ਼ਤ ਅਬੀਲ ਰੋਇਆ ਮਿਲ ਕਬਲ ਕਦ ਜਹਲਾ ਰੱਬੀ ਹੱਕਾ ਇਹ ਬਾਬਾ ਇਹ ਮੇਰਾ ਉਹ ਪਹਿਲਾ ਖਾਬ ਜਿਹੜਾ ਬਚਪਨ ਅੰਦਰ ਆਇਆ ਸੀ ਅੱਲਾ ਦਾ ਸ਼ੁਕਰ ਹੈ ਅੱਜ ਉਹ ਖਾਬ ਰੱਬ ਨੇ ਪੂਰਿਆ ਕਰ ਦਿੱਤਾ ਹੈ ਉਹ ਜਿਹੜਾ 12 ਸਾਲ ਦੀ ਉਮਰ ਅੰਦਰ ਖਾਬ ਆਇਆ ਅੱਜ ਜਦੋਂ ਸਜਦਾ ਭਰਾਵਾਂ ਨੇ ਕੀਤਾ ਫਰਮਾਇਆ ਅੱਬਾ ਜੀ ਇਹ ਉਹ ਮੇਰਾ ਖਾਬ ਹੈ ਜਿਹੜਾ ਅੱਜ ਰੱਬ ਨੇ ਹੱਕ ਤੇ ਸੱਚ ਕਰ ਦਿਖਲਾਇਆ ਹੈ ਹਜ਼ਰਤ ਗੌਰ ਕਰਨਾ ਤਵੱਜੋ ਫਰਮਾਨਾ ਇਹ ਸਜਦਾ ਤਾਜ਼ੀਮੀ ਹੈ ਉਸ ਵਕਤ ਜਨਾਬੇ ਯੂਸਫ ਔਰ ਯਾਕੂਬ ਅਲੈਹਿ ਸਲਾਮ ਦੀ ਸ਼ਰੀਅਤ ਉਹਨਾਂ ਦੇ ਦੌਰ ਅੰਦਰ ਇਹ ਤਾਜ਼ੀਮੀ ਸਜਦਾ ਜਾਇਜ਼ ਸੀ ਜਦੋਂ ਆਮੀਨਾ ਦੇ ਲਾਲ ਤਸ਼ਰੀਫ ਲੈ ਆਏ ਫਿਰ ਅੱਲਾ ਪਾਕ ਨੇ ਤਾਜ਼ੀਮੀ ਸਜਦਾ ਵੀ ਮਨਾ ਕਰ ਦਿੱਤਾ ਹੈ ਸਜਦਾ ਸਿਰਫ ਔਰ ਸਿਰਫ ਅੱਲਾ ਪਾਕ ਦੀ ਜ਼ਾਤ ਨੂੰ ਝੁਕਣਾ ਮਨਾ ਕਰ ਦਿੱਤਾ ਹੈ ਉਸ ਵਕਤ ਇਹ ਜਾਇਜ਼ ਸੀ ਜਨਾਬੇ ਯੂਸਫ ਅਲੈਹਿ ਸਲਾਮ ਨੇ ਹੁਣ ਅਗਲੀ ਗੱਲ ਕੀਤੀ ਅੱਲਾ ਪਾਕ ਦਾ ਸ਼ੁਕਰ ਅਦਾ ਕਰ ਰਹੇ ਫਰਮਾਇਆ ਵਕਤ ਆਹਸਾ ਨਬੀ ਇਦ ਅਖਰਜਨੀ ਮਿਨ ਸਿਜਮ ਵਜਾ ਅਬੀ ਤੁਮ ਮਿਨ ਅਲ ਬਦਵੇ ਮਿਨ ਬਾਦੀ ਅਨ ਨਜ਼ਰ ਸ਼ੈਤਾਨ ਬੈਨੀ ਵ ਬੈਨ ਇਖਵਤੀ ਇਨ ਰੱਬੀ ਲਤੀਫੁਨ ਲਿਮਾ ਯਸ਼ਾ ਇਨਹੁ ਵਲ ਅਲੀਮੁਲ ਹਕੀਮ ਜਨਾਬੇ ਯੂਸਫ ਅਲੈਹਿ ਸਲਾਮ ਫਰਮਾਉਂਦੇ ਨੇ ਯਾ ਅੱਲਾ ਤੇਰਾ ਸ਼ੁਕਰ ਹੈ ਰੱਬਾ ਤੇਰਾ ਸ਼ੁਕਰ ਹੈ ਯਾ ਅੱਲਾ ਤੇਰਾ ਇਹਸਾਨ ਹੈ ਆਪਣੇ ਅੱਬਾ ਜੀ ਨੂੰ ਕਹਿਣ ਲੱਗੇ ਅੱਬੂ ਜੀ ਇਹ ਰੱਬ ਦੀਆਂ ਨਿਮਤਾਂ ਤੇ ਰੱਬ ਦਾ ਇਹਸਾਨ ਹੈ ਜਿਸ ਰੱਬ ਨੇ ਮੈਨੂੰ ਜੇਲ ਵਿੱਚੋਂ ਕੱਢ ਕੇ ਤੇ ਮਿਸਰ ਦਾ ਬਾਦਸ਼ਾਹ ਬਣਾਇਆ ਮੇਰੇ ਉਲਮਾ ਬੈਠੇ ਨੇ ਇਸ ਅਖਰਜਨੀ ਮਿਨ ਸਿਜਮ ਵਜਾ ਅਬਿਕੁਮ ਮਿਨ ਅਲ ਬਦਵੇ ਇਹ ਬਾਬਾ ਜੀ ਰੱਬ ਦਾ ਸ਼ੁਕਰ ਹੈ ਜਿਸ ਰੱਬ ਨੇ ਮੈਨੂੰ ਜੇਲ ਚੋਂ ਕੱਢ ਕੇ ਬਾਦਸ਼ਾਹ ਬਣਾਇਆ ਮੁਰਖੀ ਨਾਂਦੇ ਨੇ ਇੱਥੇ ਜਨਾਬੇ ਯੂਸਫ ਨੇ ਖੂਹ ਦਾ ਨਾਂ ਨਹੀਂ ਲਿਆ ਜੇਲ ਦਾ ਨਾਂ ਲਿਆ ਕਿਉਂ ਹਜ਼ਰਤ ਯੂਸਫ ਦੇ ਭਰਾ ਸਾਹਮਣੇ ਨੇ ਜੇ ਇਹ ਕਹਿ ਦਿੰਦੇ ਕਿ ਖੂਹ ਵਿੱਚੋਂ ਕੱਢ ਕੇ ਇੱਥੇ ਨਾ ਕਿਤੇ ਭਰਾ ਸ਼ਰਮਿੰਦਾ ਨਾ ਹੋ ਜਾਣ ਅੱਡਾ ਰੰਗ ਸ਼ਾਹ ਵਾਲਿਓ ਇਹ ਨਬੀ ਦਾ ਅਖਲਾਕ ਹੈ ਖੁਦਾ ਦੀ ਕਸਮ ਹੈ ਨਬੀ ਪਾਕ ਦਾ ਹੁਸਨ ਸਲੂਕ ਇਹ ਨਬੀ ਯੂਸਫ ਅਲੈਹਿ ਸਲਾਮ ਦੀ ਮੁਹੱਬਤ ਭਰਾਵਾਂ ਨੂੰ ਤਾਨਾ ਮੇਣਾ ਵੀ ਨਹੀਂ ਦਿੱਤਾ ਇਹ ਨਹੀਂ ਕਿਹਾ ਖੂਹ ਵਿੱਚੋਂ ਕੱਢ ਕੇ ਰੱਬ ਨੇ ਇੱਥੇ ਮੁਕਾਮ ਸ਼ਾਨਾ ਨਾ ਕਿਤੇ ਭਰਾ ਸ਼ਰਮਿੰਦਾ ਨਾ ਹੋਣ ਤਕਲੀਫ ਨਾ ਲੱਗੇ ਇਹ ਨਾ ਕਹਿ ਦੇਣ ਕਿ ਜਨਾਬੇ ਯੂਸਫ ਨੇ ਚੋਟ ਲਾਈ ਨਾ ਨਾ ਕਿਹਾ ਬਾਬਾ ਜਾਨ ਅੱਲਾ ਪਾਕ ਨੇ ਜੇਲੋਂ ਕੱਢਿਆ ਤੇ ਮਿਸਰ ਦੇ ਤਖ਼ਤ ਤੇ ਬਿਠਾਇਆ ਇਹ ਅੱਲਾ ਪਾਕ ਦਾ ਸ਼ੁਕਰ ਹੈ ਇੱਥੇ ਭਰਾਵਾਂ ਨਾ ਹੁਸਨ ਸਲੂਕ ਦੀ ਅਗਲੀ ਗੱਲ ਸੁਣੋ ਵਾਜਾ ਅਬੀਕੁਮ ਮਿਨਲ ਬਦਵੇ ਮਿੰਬਾਦੀ ਇਹ ਮੇਰੇ ਅੱਬਾ ਜਾਨ ਅੱਲਾ ਪਾਕ ਦਾ ਸ਼ੁਕਰ ਹੈ ਜਿਹੜਾ ਰੱਬ ਤੁਹਾਨੂੰ ਉਹ ਪਿੰਡੋਂ ਕਿਨਾਨੋਂ ਦੇਹਾਤ ਵਿੱਚੋਂ ਇੱਥੇ ਮੇਰੇ ਕੋਲ ਲੈ ਆਉਂਦਾ ਇੱਥੇ ਮਿਸਰ ਪਹੁੰਚਾ ਦਿੱਤਾ ਅੱਬਾ ਜਾਣੇ ਅੱਲਾ ਪਾਕ ਦਾ ਹੀ ਸ਼ੁਕਰ ਹੈ ਰੱਬ ਦੀਆਂ ਤਾਰੀਫ ਅੱਗੇ ਫਰਮਾਇਆ ਅੰਨਜ਼ਗ ਸ਼ੈਤਾਨ ਬੈਨੀ ਵ ਬੈਨ ਇਖਵਤੀ ਇਹ ਮੇਰੇ ਅੱਬਾ ਜਾਣ ਇਹ ਜੋ ਭਰਾਵਾਂ ਦੇ ਅੰਦਰ ਦੂਰੀ ਤੇ ਇਤਲਾਫਾਂ ਤੇ ਹਸਦ ਪੈਦਾ ਕੀਤਾ ਇਹ ਸਾਰਾ ਸ਼ੈਤਾਨ ਨੇ ਕੀਤਾ ਉਹ ਜਿਹੜਾ ਭਰਾਵਾਂ ਨੇ ਜ਼ੁਲਮ ਕੀਤਾ ਇਹ ਨਹੀਂ ਕਿਹਾ ਮੇਰੇ ਭਰਾਵਾਂ ਇੰਜ ਨਾ ਨਾ ਜੋ ਭਰਾਵਾਂ ਦੇ ਮੁਆਮਲਾਤ ਨੇ ਸਾਰੇ ਸ਼ੈਤਾਨ ਦੀ ਮੁਆਮਲਾਤ ਨੇ ਭਰਾਵਾਂ ਦਾ ਨਾਮ ਨਹੀਂ ਲਿਆ ਬਲਕਿ ਸ਼ੈਤਾਨ ਦਾ ਨਾਮ ਲਿਆ ਹਜ਼ਰਤ ਤਾਂ ਕਿ ਭਰਾ ਸ਼ਰਮਿੰਦਾ ਨਾ ਹੋਣ ਅੱਬਾ ਜੀ ਇਹ ਜਿਹੜੀ ਦੂਰੀ ਜਿਹੜੀ ਪਰੇਸ਼ਾਨੀ ਜੋ ਇਖਤਲਾਫਾਤ ਪਾਏ ਨੇ ਸਾਰੇ
शैतान इबलीस ने पाए ने। अल्लाह जुल जलाल दा कुरान आंदा है जरा पे यूसुफ आंदे ने अब्बा जी नज़ा शैतान बैनी व बैना इखवाती ते शैतान ने साडे भरावां दे अंदर थोड़ी देर वास्ते दूरी इतलाफात पैदा कीता। इन्ना रब्बी लतीफुल लिमा यशा इन्नहु वल अलीमुल हकीम। अब्बा जी बेशक अल्लाह पाक बड़ा बारीक बीनी नाल बेहतर अंदाज नाल तदबीरां करता है। जो करता रब सोणी तदबीरां करता है वो अलीम भी है वो हकीम भी है। हजरात इत्थे हुण बाप जनाबे याकूब अलैहि सलाम अपने बेटे यूसुफ दे कोल कोई हजरात 24 साल पास आंदे ने 17 साल रहे। जनाबे यूसुफ अल्लाह पाक दियां तारीफां कर रहे ने अल्लाह पाक दियां मर्जियां रब दा शुक्र जेड़ा रब तुहानू मेरे कोल ले आया है। ते मियां दस्तार भी सुन लो मियां साहब की आंदे ने यूसुफ कहे खुदावंद मेरा लायक हमद सनाई कह दो बख्श खलासी सानू तख्त दिता रब साई शाम के नानो ते रुखसत करके दोस्त मां प्यो भाई पास मेरे विच मिसर ले आंदे ते दिल दी आस बुझाई खूवाला कुछ हाल यूसुफ ने कोई जिक्र ना सुनाया मत शर्मिंदा होवन भाई इल्मो पर्दा पाया। ए भाई यूसुफ अलैहि सलाम दा इल्म ए बुर्दबारी है। हजरात हुण अब्बा जी दे कोल किन्नी किन्नी देर जनाबे यूसुफ बैठे रहा कर दे गल्ला बातां हाल हवेला अबू जी तबीयत कैसी अबू जी मेरे बाद किवें तुसां परेशान होए अबू जी गल ते अब्बा जी आंदा छा पुत्र मैनू पुछणा ते तू ही दस जरा जदों मैनू उत्थों मिल के निकले भरावां तैनूं मोढ़ियां ते चाया ते अखां तो गायब हो गए उत्थों गल शुरू करते जरा मैनू अपनी गमे दास्तान सुना तू अपने अबे बगैर 40 साल किवें गुजारे। ते हुण जनाबे यूसुफ आंदे ने अब्बा जी रहण दिओ बस अल्लाह ने मेहरबानी कर दिती फरमाया नहीं मैनू दस दे रहा भरावां तेरे नाल की कीता। मुहर्रिकीन आंदे ने जनाबे यूसुफ ने कुछ गल्लां छुपाईयां भरा शर्मिंदा ना होण बाप आंदा यार इत्थे बह जा थोड़ी थोड़ी करके अपनी 40 सालां वाली मैनू गमे दास्तान सुना। बेटा यूसुफ आंदा अबू जी दी किते ना फरमानी ना होए अबू जी अबू जी चलो मैं सुना देना ते मेरे भरावां मेरा कमीज उतार लिया ते इना खूह दे अंदर सुट दिता थप्पड़ मारने हजरात थप्पड़ मारने चपेड़ा मारनिया ओ गल्लां जनाबे यूसुफ ने नहीं दसियां किते अबू जी नू बहुती तकलीफ ना होए। खैर अबू जी उथों मैं निकलिया ते मैनू अल्लाह पाक ने कुएं चों कढ़िया ते फिर एक मिस्र नू जांदिया काफले ने मैनू खरीद लिया मिस्र बेच दिता। अब्बा जी आंदे ने अगे की बनिया ते बेटा यूसुफ आंदा बाबा एक दे कर एक चौधरी दे कर मैनू परवश वास्ते मौका मिल गया उन्हां खिलाया पियाया क्याम रहन सहन दा बंदोबस्त कीता ते जदों मैं जवान होया एक बीबी ने बुराई दी दावत दिती मैं इनकार कर दिता उन्हें मैनू जेले भजवा दिता ते मैं 12 साल बेगुनाह बगैर कसूर तू जेल कट्टी। अब्बा जान जेल दे अंदर जनाबे जिब्राइल तू इलावा कोई भी मेरे नाल मुलाकात नहीं सी करदा। अब्बा जी रो रहे ने आंदे ने यूसुफ 12 साल जेल अंदर किवें गुजारे बार मैनू सारी गमे दास्तान सुना अपने अबू दी अबू दे बगैर किवें वक्त गुजारे गमे दास्तान। हजरत यूसुफ आंदे ने अब्बा जी मैनू डर रहे मैं अगर दुख सुनावां तुहाडी तबीयत किते बहुती खराब ना हो जाए
अबू जी रहन दियो जो होया सो होया। बाप आंदा नहीं नहीं मेनू गमे दास्तान सुना ते मियां दुस्तार नहीं रहा गया। उन्हें भी कह दिता है जनाबे यूसुफ अलैहि सलातु वस्सलाम नू बाप कही जांदा है बेटिया मेनू जरा दस मुड़ मुड़ पुछे क्यों करते न ते भाइयां दुख पहुंचाया। ये मेरे लाल ये मेरे चंद यूसुफ तेरे भरावां तेरे नाल की कीता जरा मेनू ए ते दस मुड़ मुड़ पुछे। अब्बा अपने बेटे नू मुड़ मुड़ पुछे क्यों करते न ते भाइयां दुख पहुंचाया। बेफरमानियों डर के यूसुफ ना फरमानियों डर के यूसुफ ते थोड़ा हाल सुनाया। गश विच पै गया याकूब नबी गश विच पै गया याकूब गश पै गया याकूब नबी नू दर्दों ताकत होश नकाई हैरत अंदर बैठा यूसुफ ते रावी खबर सुनाई। रावी बयान करता जनाबे यूसुफ अबू जी दी अहली हालत वेख के कैफियत वेख के खमजदा हो गए ते रो के आंदे ने जे बहुते दुख सुना दिते मेरा अब्बा किते फौत ना हो जाए। ऐ गम लाक हो गया गश पै गया नबी याकूब ताई ताकत होश नकाई हैरत अंदर बैठा यूसुफ ते रावी खबर सुनाई। दिलों यकीन यूसुफ नु होया दिलों यकीन यूसुफ नु होया जे अज हाल सुनावा होवे शहादत बाप मेरे दी ते मैं रोंदा रोंदा रह जावा। अबू जी बस रहन दियो हजरात रोंदे रोंदे कुछ देर बाद अबू नू होश आई अख खुली ते बाप आंदा बेटे यूसुफ जरा मेनू दस मेरे बाद किवें इतने साल गुजारे मुड़ मुड़ पुछे क्यों कर तैनू। यूसुफ आंदा अबू जी रब दा वास्ता बस रहन दियो मुड़ मुड़ पुछे क्यों कर तैनू ते भाइयां दुख। जदों ही दिन गुजरदियां कोई 17 या 24 साल अब्बा जी दी खिदमत दा मौका मिलिया किन्ने साल 24 साल जनाबे याकूब अलैहि सलाम उथे मिस्र अपने बेटे कोल रहे ते जनाबे यूसुफ अलैहि सलाम खिदमतां सारे भरा ही उथे रहे। हजरात गल सुनिया जे 145-50 साल दे करीब बाबे याकूब अलैहि सलाम दी उम्र हो गई है ते जदों वी किते दिल करदा बैठा के यूसुफ नूं आंदे मुड़ मुड़ पुछे क्यों कर तैनू ते भाइयां दुख पहुंचाया। ना फरमानियों डर के यूसुफ ते थोड़ा हाल सुनाया। हजरात 24 साल जदों पूरे हो जांदे ने ऐ जड़ी आरजी जुदाई सी अल्लाह पाक ने ए जुदाई ते खत्म कर दिती है। हुण मुस्तकिल जुदाई ते पक्की लंबी जुदाई दा टाइम आण वाला। ओ केड़ी जुदाई हजरात ओ मौत वाली है। कुल इनल मौत अल्लजी तफिरुन मिनहु फइन्नहु मुलाकीकुम ثُمَّ تُرَدُّونَ إِلَىٰ عَالِمِ الْغَيْبِ وَالشَّهَادَةِ فَيُنَبِّئُكُم بِمَا كُنتُمْ تَعْمَلُونَ جس موت تو نسدے پچھدے ہو ایک وقت آئے گا موت نے آ کے ملاقات کر لینی
कदे ए वी बह के सोच आई बाकी कितनी जिंदगी रह गई है। खुल्लो मन अलैहा फान वाली गल सेन तेरे तो ले गई है। इंज कोठियां यार बनाया ने नाले बिल्डगा खूब सजाया ने इंज लता यार जमाया ने जिवे सनद जीवन दी ले लिए। कदे ये भी बह के सोच आई बाकी कितनी जिंदगी रह गई है। एक दिन जनाब याकूब अलैहि सलाम ने अपने बेटे यूसुफ नु बुलाया, ए मेरे बेटे यूसुफ मैं तेरे नाल गल करना चाहना। हजरात इधर मेरी तरफ देखे आ जे, एक गल और भी सुन लो। जनाबे यूसुफ की शादी भी हुई है, रब ने दो बेटे भी दिते ने। हजरत यूसुफ की शादी मिस्र दा मजहबी जेड़ा इमाम ए पेशवा है उस वक्त जेड़ा मजहब चलता पिया सी उस मजहब दे इमाम दी बेटी नाल जनाबे यूसुफ अलैहि सलाम दी शादी हुई। हजरत यूसुफ नु इसे बीवी विचो रब ने दो बेटे अता कीते ने। सुनिया जे मैं गल अगे तोरा, बाबा जी याकूब ने फरमाया, बेटे मेनू ख्वाब आई है, ख्वाब अंदर मेरे अब्बा इसहाक नबी मेरे दादा या हजरत इब्राहिम नबी मिले ने। ऐ ख्वाब जनाबे याकूब अलैहि सलाम दी, ए मेरे लाल मेरे बेटे अल्लाह पाक ने तेनू ख्वाबां दी तबीर दा इल्म दिता है। मेरे लाल अब्बे दी ख्वाब दी तबीर कर, ऐ तेरे अब्बू नू ख्वाब आई है मेरा बाप इसहाक नबी इब्राहिम नबी अज रात मेनू ख्वाब अंदर मिले ते मैनू बुला रहे सन मुलाकात दा। कह रहे सन गहरे सन बेटिया कदू मुलाकात करेगा, ये मेरे यूसुफ बला ख्वाब दी तबीर की है। जनाबे यूसुफ ने अबू दी ख्वाब सुनी ते जोड़ जोड़ हिल जांदा, अखा चू तेरे पदरे पासू डुल पे, उठ के जरा सैड ते हो जांदे ने। खुदा दी कसम जनाबे यूसुफ समझ गए हुण रब दा बुलावा आण वाला है। अबू दुनिया तू जान वाले ने, अबू जी दुनिया तू जान वाले, हुण मौत दा वक्त करीब है। जनाबे यूसुफ ने अपने भरावां नू बुलाया, अपने वीरां नू बुला के अबू दी ख्वाब दसी। इधर जनाबे जिब्राईल भी आ गए ने, आंदे ने यूसुफ तेरा बाप जन्म दिन दा मेहमान है, हुण पक्की जुदाई पैन लगी। जनाबे यूसुफ अपने भरावां नू हज़रात अपने अब्बू दी ए वफात वाली खबर भरावां नू दस के रो रहे। ख्वाब दी तबीर खुद जान के रोई जांदे, समझ के ख्वाब दी तबीर नू रो रहे। सुन कर दर्द फिराकू यूसुफ चम चम हिंजू आईया। अब्बू दी वफात दी गल आई ते अखां चो आंसू तरे पदरे पडुल पे। सुन कर दर्द फिराकू यूसुफ ते चम चम हिंजू आईया। छोड़ चले दिलदार दिलां दे पीवन जाम जुदाइयां। अपने भरावां नू जमा करके ख्वाब दसी ते आंदे ने भाईओ हुण अब्बू जी चंद दिनां दे मेहमान ने, हाजर सब फरजंद याकूब नबी दे होर मखलूक सारी। सुन कर बातां दर्द फिराकों ते रोवन सारो सारी। एक दिन जनाबे याकूब आंदे ने, बेटे यूसुफ इधर आ, बाकी तुसा सारे सैड ते हो जाओ, मैं कल्ले यूसुफ नाल गल करना चाहना। अकेले जनाबे यूसुफ अपने अब्बा जी दे कोल आए ते अब्बा जी आंदे ने, पुत्रा
मेरी कंड तू जरा कमीज ते चुक, कुर्ता चुक मेरी कमर तू, ते जरा कुर्ता चुक के अपना सज्जा हाथ मेरी कमर ते ला। जनाबे यूसुफ ने अबू जी दा कुर्ता चुक के सज्जी वां हजरत अबू दी कमर ते कंड ते लाईए जी अबू जी, ते बाप आंदा बेटिया जरा अल्लाह दी कसम चुक, कसम चुक लई, फरमाया मेरी कंड ते हाथ रख के कसम चुके वादा कर, जदों मैं फौत हो जावां मेरा जनाजा तू फड़ाना है ते मैनू मेरे अबाओ अजदाद दे कब्रस्तान अंदर दफन कर। बेटे यूसुफ मेरे नाल कसम चुक के वादा कर, जिथे मेरा अब्बा इसहाक नबी लेटे हुए उसे कब्रस्तान अंदर, जिथे मेरे दादा जी लेटे ने उस कब्रस्तान अंदर मैनू दफन कर। यूसुफ दियां आही निकल गईयां, नाले रोई जांदे नाले कसम चुके अबू दे कहन ते वादे करी जांदे, अबू जी मैं जरूर वादा पूरा करांगा जिवें तुसां फरमा रहे हो उंजी होएगा। फरमाया मैनू साडे अपने अबाओ अजदाद दे कब्रस्त इत्थे मिस्र नहीं किनान मिलू, उसे बलाता नामी गांव या किनान अंदर जेड़ा अपना कब्रस्तान है ना ओथे दफन करी। यूसुफ ने कसम चुक के वादा कर ले है। इधर की है जनाबे यकूब आंदे ने पुत्र इत्थे मेरे कोल बह जा। फरमाया अरशां वाले रब्बा तेरा शुक्र है मैनू नबियां दे खानदान अंदर पैदा कीता। ये बाबा यकूब कह रहे है या अल्लाह तेरा शुक्र है मैनू नबी बनाया, या अल्लाह तेरा शुक्र है फिर मेरे बेटे यूसुफ नु भी तू नबी बनाया। हजरात औलाद जिन्नी इज्जत पाए मापे राजी होंदे ने, खुदा दी कसम मापे दुआवां दे करदे। फरमाया या अल्लाह तेरा शुक्र है मेरा बेटा यूसुफ जुदा हो गया ते बाप बेटे नू या अल्लाह तू सबर दी तौफीक दित्ती है तेरा ही शुक्र है। या अल्लाह तेरा शुक्र है लंबी जुदाई दे बाद फिर बाप बेटे नू दोबारा मुलाकात करा दित्ती, अल्लाह तेरा शुक्र तेरियां तारीफ। या अल्लाह जितनियां तारीफां करां जितना शुक्र करां थोड़ा है, तारीफां करदियां या अल्लाह मैं तेरी हमदो सना बयान कर रहा, हमदा सनावां तारीफां बयान करदा, मैं अपनी जान या अल्लाह तेरे राह अंदर कुर्बान करना। हजरात आसमान दी तरफ हाथ चुके में ते रोंदे हां रोंदे हां रब दियां तारीफां हमदा बयान करदे हां। हजरत याकूब अलैहि सलाम दुनिया तो तशरीफ लै गए ते जनाबे यूसुफ रोंदे ही रह गए, अब्बा लंबे सफर ते चला गया। ले ओ यार हवाले रब दे ते पईया लंबी जुदाई, ऐ लंबी जुदाई ले ओ यार हवाले रब दे ते पईया लंबी जुदाई। हजरात जनाबे यकूब अलैहि सलाम आखरत दे राही आखरत दे सफर ते तशरीफ लै गए, अल्लाह पाक दे आर्डर नाल रब दियां मुलाकातां लई तशरीफ लै गए, ते जनाबे यूसुफ अलैहि सलाम रोंदे ने पे। भरावां नूं सारे मिस्र नूं पता लग गया, पूरे मिस्र अंदर गम दी फिजा तारी है, एक लकड़ी दा ताबूत बनाया जनाबे याकूब अलैहि सलाम नूं गुसल कफन दे के इस ताबूत दे अंदर बंद करके जनाबे यूसुफ यूसुफ दे भरा और सैकड़ों अफराद मिस्र तों किनान दी तरफ तुर पे ने। तुरदियां तुरदियां मंजिल ब मंजिल कई दिनां दे बाद लंबा सफर तय करके किनान पहुंचे। जदों किनान पहुंचे कुछ लोग दौड़ के आए मिल के आंदे ने यूसुफ तेरे अबू दा सक्का जुड़वां भरा जिन्हों जनाबे ईस या ईसु कहा जांदा है, हजरत हजरत याकूब अलैहि सलाम दा जुड़वां भाई है। लोगां कहा जनाबे यूसुफ तेरे चचा जान भी वफात पा गए ने। इन्ना लिल्लाहे
कब्रस्तान दे अंदर जिते दादा जी लेटे ने दफन करके हजरात चाहते इथे गुजारे ते फिर वापसी मिस्र दी तरफ तुर पे ने। सुनिया जे मेरी तरफ वेखे जे जदों मिस्र दी तरफ रवाना हो पे अब्बू दियां यादां ने जनाबे यूसुफ नूं बेचैन कर दित्ता है। अब्बू दियां यादां ने जनाबे यूसुफ नूं गमजदा कर दित्ता है। जदों मिस्र कनान तों मिस्र पहुंचे खाने खाने बंद कर दिते ने, बहुते खाने रोटियां हजरात नहीं खांदे, सिर्फ जिंदगी जीन लई दो चार लुकमे लिया कर दे, कमजोरियां पैंदियां जा रहियां ने, लोग आंदे ने सरताज खाना क्यों नहीं खांदे, फरमाया जदों दा अब्बू तुर गए खुदा दी कसम खाना खान नूं जी नहीं कर। अब्बू जी दी वफात दे बाद जिन्नी देर जनाबे यूसुफ रहे पेट भर के रज के कदी खाना नहीं खा, सिर्फ जिंदगी जीन लई दो चार रुकमे लिया कर दे, ते हमेशा रोया कर दे डर गए बाप मोहब्बतां वाले ते ले गए नाल हासे दिल नहीं लगदा मोहम्मद बख्शा हुण जाइए केड़े पासे। अल्लाह जिन्हां दे अब्बू तुर गए आखरत दियां मंजिलां आसान कर दे, आमीन कहो। बाबल वर्गे प्यार दलासे लभदे नहीं तुर जावन जद बाप ते मुड़ के लभदे नहीं। बाबल वर्गे प्यार दलासे लभदे नहीं तुर जावन जद बाप ते मुड़ के लभदे नहीं। बाप दे सिर ते तियां मौजा माल दियां तुर जावन जद बाप ते भाबियां नहीं जान दियां अपने वीर भी इन्हां दे आखे लगदे नहीं। तुर जावन जद बाप ते मुड़ के लभदे नहीं। अब्बू दी शफकत और मोहब्बत की है अपनी ओ औलाद दी हर गल सह जांदा हुर भी होइया दिल दिया दिल विच लै जांदा किसे होर तू इंज वफावा लभदिया नहीं। तुर जावन जद बाप बाप गवाचे कदी दोबारा लभदे नहीं। तुर जावन जद बाप दोबारा लभदे नहीं तुर जावन जद बाप दोबारा लभदे नहीं। अखां रोंदियां ने रोंदियां रह जान जान वाला अब्बू कदे वापसी नहीं मुड़िया। हजरात इधर जनाबे यूसुफ दी 120 115 या 20 साल उम्र हो जांदी है। अब्बू दी जुदाई अंदर रो रो के वक्त गुजारदे ने पे हजरात हर वेले अब्बू नु याद करदे रहिंदे अब्बू नु याद करदे रहिंदे। हो घर मेरा हो गया सुन ना सुनना सजदा नहीं मौत ने खोलिया बाप मेरा जी लगदा। घर मेरा हवेली मेरी हो गई सुननी सुननी घर मेरा हो गया सुनना सुनना सजदा नहीं मौत ने खोलिया बाप मेरा जी लगदा नहीं। किते शारा मैं आउंदिया चेते जदों वफावा बाप दिया अथरू निकलन वे किरावा ब
बाप दिया बाप कदी भी हिम्मत टुटण देंदा नहीं बाप कदी भी हिम्मत टुटण देंदा नहीं लेंदा सिर ते कदी भी डिगण देंदा नहीं कंड नहीं लगन दिया बावा बाप दिया अथरू निकलन वे गिरावा बाप दिया आउंदिया चेते जदों वफावा बाप दिया अथरू निकलन वे गिरावा बाप दिया दिन गुजरते गुजरते हुण जनाबे यूसुफ दा अपना आखरी वेला चले एक दिन जनाबे यूसुफ रात नूं लेटे होए ख्वाब आई ख्वाब अंदर अपने अब्बा जी याकूब अलैहि सलाम नाल मुलाकात करी जांदे अब्बा जी ख्वाब अंदर मिलदे ने बाप मिलिया ते बाप आंदा बेटिया क्या तेरा दिल नहीं करदा अपने अब्बे याकूब नूं मिले तेरा दिल नहीं करदा मेरे नाल मुलाकात करन मिस्र दिया शावा मिस्र दी कुर्सी ते ही बैठा रहेगा याकूब नू मिलेगा ए ख्वाब अंदर बाबे याकूब ना मुलाकात हुई बाप से मिलने को जी तेरा चाह नहीं आ कहीं ए मिस्र के कुर्सी नशी मैं तेरा मुश्ताक हूँ मैं तेरा मुश्ताक हूँ मैं तेरा मुश्ताक हूँ ए मेरी जान मुंतजिर मुंतजिर हूँ मुंतजिर हूँ मैं यहाँ दिल मेरा तेरे लिए बेचैन है ए मेरे बेटे यूसुफ दिल मेरा तेरे लिए बेचैन है काश ऐसा हो के अब तू मुझे आ मिले बाप ख्वाब अंदर मुलाकात करता है जनाबे यूसुफ बेतार रोए रोई जाते जारो कतार के अब्बा जी मिले ने हुण मेरा टाइम मुक चला है मैं भी अबू दी मुलाकात ली दुनिया छोड़ के जा रहा जनाबे यूसुफ नो हजरात अंदाजा हो गया हुण जिंदगी पता नहीं केड़े मोड़ ते बेवफाई कर देवे अब्बा जी दी मुलाकात ली जा रहा वा जनाबे यूसुफ नबी ने अल्लाह पाक दे सामने ते फिर दुआवां कीतियां कुरान अंदर हजरत यूसुफ दुआवां करी जांदे ने अपने इस ख्वाब दे बाद कुरान पता की आंदा है ये हजरत यूसुफ दी दुआ दा तज़किरा फरमाया रब्बे कद आतैतनी मिनल मुल्क सुभान अल्लाह पढ़ो رب قد آتيتني من الملك وعلمتني من تأويل الأحاديث فاطر السماوات والأرض فاطر السماوات والأرض أنت ولي في الدنيا والآخرة تغفني مسلما وألحقني بالصالحين جناب یوسف علیہ السلام نے اللہ پاک دے سامنے دعاواں کرنیاں شروع کر دتیاں رب قد آتیتنی من الملک اے عرش والے ربا اے منوں ملک مصر دا بادشاہ بنایا حکومت سلطنت بادشاہ دتی تے تو ہی دتی حکومت دین والا اللہ عزت دین والا اللہ مقام دین والا کون بولو بولو رب قد آتیتنی من الملک یا اللہ مصر دا بادشاہ بنایا تے تو بنایا حکومتاں دتیاں تے تو ہی دتیاں یا اللہ مینوں خواباں دی تعبیر دا علم دتا ہے تے تو ہی دتا ہے اے زمین و آسمان نو پیدا کرن والے آ دنیا آخرت اندر کار ساز تے بلی تو ہی ہے میرا توفنی مسلم اگلی گل سنو فرمایا اے میرے اللہ توفنی مسلم جدوں یوسف نو فوت
करे ते इस्लाम ते करी तब बफा नी मुस्लिम जदो यूसुफ नु मौत आए इस्लाम ते आए ईमान ते आए मुसलमान होवा इस हाल अंदर खात्मा बिल खैर दी दुआ तब बफा नी मुस्लिम व अलैहि कनी बिसवालेहि इस्लाम दी हालत अंदर फौत करी ते वफात दे बाद मेनू मेरे अबाओ अजदाद नेक लोगां दा साथ दे देवी इंदे तों मुराद अब्बा जी याकूब अलैहि सलाम पापा इसहाक ते दादा इब्राहीम या अल्लाह उन्हां नेक लोगां दा मौत दे बाद मेनू गवांड साथ नसीब कर देवी वा अली हिकनी बिसवाली दुआवां करके जनाबे यूसुफ अलैहि सलाम ने अपने भाई दीगर रिश्तेदार कौम कबीले दे लोगां नूं बुलाया बुला के फरमाया एक वादा करो जदों मैं फौत हो जावां ते मेरा जनाजा पढ़ के आरजी तौर ते मिस्र अंदर दफन करिया जे ते जदों किते तुसां मिस्र छड़ के कनान जाओ जनाबे यूसुफ नबी फरमांदे ने मेरे नाल वादा करो अल्लाह नूं गवाह ते सामन बना के जदों तुसां मिस्र छड़ने ते मेरे ताबूत लाश नूं नाल ही लै जाया जे ते मेरे अब्बा जी याकूब मेरे दादा जी इसहाक नबी जिथे लेटे ने उस कब्रस्तान अंदर मेनू भी जाके दफन कर दिया जे ऐ जनाबे यूसुफ ने हजरात वादे ले ले ते अल्लाह पाक दियां मर्जियां रब दा फैसला आ जांदा कुल्लु नफ्सिन ज़ाइकतुल मौत हजरत यूसुफ हो गए हक की रजा जिन पे जारी हो गया हुक्मे खुदा जनाबे यूसुफ अलैहि सलाम वफात पा गए ते भरा दीगर रिश्तेदार गुसल दे रे रो रो गुसल मुबारक देवर रो रो गुसल मुबारक जनाबे यूसुफ आया मेरे किवें जिंदगी बसर कीती फिर चेले चला गया फिर बाहर आया बादशाह बढ़ाया फिर अपने अब्बा जी नाल मुलाकात लोग गल्लां करी जांदे नाले रोई जांदे दासाना इक दूजे नूं जिक्र कर कर रोई जांदे गुसल दे रे रो रो गुसल मुबारक यार दित्ता नबी प्यारे कफन पहनावन हजरत यूसुफ ताई करके अदब निमाने मरमर संग संदूक मुबारक ते जल्द तैयार कराया इस विच हजरत यूसुफ ताई कर मट्टी नहीं खाया कर पानी दा चश्मा हजरा गौर करना ते के पहाड़ी दे किनारे उथे जनाबे यूसुफ अलैहि सलातु व सलाम दी कब्र खोद के दफन जनाजे पढ़ के दुआवां करके दफन कर दिता जांदा है मेरी तरफ वेखिया जे जेड़ा है जान वास्ते आया हर बंदे ने मौत दा प्याला पीना है इथे दो तीन जरा जुमले सुनो मैं दुआ करना या अल्लाह जिंदगी नेकी ईमान वाली देवी जदों मौत आए कुरान पढ़दे नमाज पढ़दे हैं कलमा पढ़दे हैं मौत आए आमीन कहो मिट्टियां दे थल्ले जदों डेरा साडा होना आए किन्ने याद करना ते किन्ने सानू रोना आए मिट्टियां दे थल्ले जिस दिन तू अगले जहान वल जावेगा नी चलेगा अखियां ते चिट्टा जोड़ा पावेगा तेरे किसे लग देने कोल ना खलोना आए किन्ने याद करना ते किन्ने जानू रोना आए मिट्टी
ਗਲੀਆਂ ਦੇ ਥੱਲੇ ਕਬਰਾਂ ਕੀ ਕਹਿ ਰਹੀਆਂ ਸੁਣਿਆ ਜੇ ਅਸਾਂ ਵੀ ਰਹਿਣਾ ਸਦਾ ਕਬਰਾਂ ਇਹ ਕਹਿੰਦੀਆਂ ਮਿੱਟੀ ਦੀਆਂ ਢੇਰੀਆਂ ਵੀ ਸਦਾ ਨਹੀਂ ਰਹਿੰਦੀਆਂ ਕਬਰ ਵਾਲੀ ਸਦਾ ਕਿੰਨੇ ਮਿੱਟੀਆਂ ਨੂੰ ਢੂੰਡਾਏ ਕਰਨਾ ਤੇ ਕਿੰਨੇ ਸਾਨੂੰ ਰੋਣਾ ਮਿੱਟੀਆਂ ਦੇ ਥੱਲੇ ਜਨਾਬੇ ਯੂਸਫ ਅਲੈਹਿ ਸਲਾਮ ਵਫਾਤ ਪਾ ਗਏ ਹਜ਼ਰਤ ਯਾਕੂਬ ਅਲੈਹਿ ਸਲਾਮ ਦੀ ਲੜੀ ਵਿੱਚੋਂ ਅੱਗੇ ਚਲਦਿਆਂ ਚਲਦਿਆਂ ਹਜ਼ਰਤ 250-300 ਸਾਲ ਦਾ ਅਰਸਾ ਗੁਜ਼ਰ ਗਿਆ ਅੱਲਾ ਪਾਕ ਨੇ ਇੱਥੇ ਮਿਸਰ ਅੰਦਰ ਇੱਕ ਔਰ ਨਬੀ ਭੇਜਿਆ ਜਿਹਦਾ ਨਾਮ ਜਨਾਬੇ ਮੂਸਾ ਅਲੈਹਿ ਸਲਾਮ ਇੱਥੇ ਹਜ਼ਰਤ ਯਾਕੂਬ ਅਲੈਹਿ ਸਲਾਮ ਦੀ ਲੜੀ ਵਿੱਚੋਂ ਉਹ ਜਿਹੜੇ ਕਿਨਾਨ ਤੂੰ ਉੱਠ ਕੇ ਆਏ ਸਨ ਮੇਰੀ ਤਰਫ ਵੇਖਣਾ ਕਿਨਾਨ ਤੂੰ ਉੱਠ ਕੇ ਆਏ ਇੱਥੇ ਹੀ ਜ਼ਿੰਦਗੀ ਘਰ ਬਾਰ ਬਸੇਰੇ ਲਾਏ 3 ਸਦੀਆਂ ਗੁਜ਼ਰ ਗਈਆਂ ਅੱਲਾ ਜ਼ੁਲ ਜਲਾਲ ਨੇ ਇੱਕ ਨਬੀ ਭੇਜਿਆ ਜਿਹਦਾ ਨਾਮ ਜਨਾਬੇ ਮੂਸਾ ਅਲੈਹਿ ਸਲਾਮ ਔਰ ਵੀ ਕਈ ਨਬੀ ਪੈਗੰਬਰ ਆਏ ਹਜ਼ਰਤ ਯਾਕੂਬ ਅਲੈਹਿ ਸਲਾਮ ਦੀ ਲੜੀ ਵਿੱਚੋਂ ਹਜ਼ਰਤ ਮੂਸਾ ਨਬੀ ਮਿਸਰ ਅੰਦਰ ਆਏ ਨੇ ਹਜ਼ਰਤ ਦੋ ਬੰਦੇ ਝਗੜਾ ਕਰ ਰਹੇ ਇੱਕ ਨੂੰ ਸਮਝਾਉਣ ਲੱਗਿਆ ਜ਼ਰਾ ਕੁਛ ਉਹਨੂੰ ਮਾਰਿਆ ਉਹ ਬੰਦਾ ਫੌਤ ਹੋ ਗਿਆ ਅੱਲਾ ਪਾਕ ਫਰਮਾਉਂਦੇ ਨੇ ਮੂਸਾ ਜ਼ਰਾ ਚਲੇ ਜਾਓ ਇੱਥੋਂ ਨਿਕਲ ਜਾਓ ਮਿਸਰ ਛੋੜ ਕੇ ਮਦੀਨ ਚਲੇ ਗਏ ਉੱਥੇ ਜਨਾਬੇ ਸ਼ੁਐਬ ਨਬੀ ਦੀਆਂ ਬੱਕਰੀਆਂ ਚਰਾਈਆਂ ਸ਼ੁਐਬ ਨਬੀ ਨੇ ਆਪਣੀ ਬੇਟੀ ਦਾ ਰਿਸ਼ਤਾ ਦੇ ਦਿੱਤਾ 10 ਸਾਲਾਂ ਬਾਅਦ ਸ਼ਾਦੀ ਵੀ ਹੋ ਗਈ ਜਨਾਬੇ ਮੂਸਾ ਦੀ ਤੇਰਾ ਬਣੇ ਨਬੂਵਤਾਂ ਵੀ ਅਦਾ ਕਰ ਦਿੰਦੀਆਂ ਹਜ਼ਰਤ ਮੂਸਾ ਨਬੀ ਬਣ ਗਏ ਨੇ ਨਬੀ ਬਣ ਕੇ ਰਸੂਲ ਬਣ ਕੇ ਮਿਸਰ ਅੰਦਰ ਆ ਕੇ ਬਾਦੋ ਨਸੀਹਤ ਸ਼ੁਰੂ ਕਰ ਦਿੱਤੀ ਇੱਧਰ ਹਜ਼ਰਤ ਫਿਰਾਉਣ ਇਹ ਜ਼ਾਲਮ ਹੈ ਬਹੁਤ ਬੜਾ ਜ਼ਾਲਮ ਇਨਸਾਨ ਆਪਣੇ ਆਪ ਨੂੰ ਰੱਬ ਕਹਿਲਾਣੇ ਵਾਲਾ ਤੇ ਦੀਨ ਦੇ ਹਵਾਰੀ ਗੱਲ ਮੰਨਦੇ ਕੋਈ ਨਹੀਂ ਅੱਜ ਦਿਨ ਇਸرائیਲੀਆਂ ਤੇ ਹਜ਼ਰਤ ਯਾਕੂਬ ਅਲੈਹਿ ਸਲਾਮ ਦੇ ਖਾਨਦਾਨ ਵਾਲੇ ਅੰਦੇ ਬਣੀ ਇਸرائیਲੀਆਂ ਤੇ ਇਸرائیਲ ਜਨਾਬੇ ਯਾਕੂਬ ਨੂੰ ਕਿਹਾ ਜਾਂਦਾ ਬਣੀ ਇਸرائیਲ ਆਲ ਔਲਾਦ ਨੂੰ ਕਿਹਾ ਜਾਂਦਾ ਇਹਨਾਂ ਤੇ ਜ਼ੁਲਮ ਉਹ ਸਿੱਧਮ ਫੈਸਲਾ ਹੋ ਗਿਆ ਅੱਲਾ ਪਾਕ ਨੇ ਫਰਮਾਇਆ ਮੂਸਾ ਮੈਂ ਫਰਾਉਨ ਦੇ ਜ਼ੁਲਮ ਤੋਂ ਤੁਹਾਨੂੰ ਨਜਾਤ ਦੇ ਦੇਣਾ ਵਾ ਆਪਣੇ ਕਬੀਲੇ ਨੂੰ ਲੈ ਕੇ ਕੌਮ ਦੇ ਲੋਕਾਂ ਨੂੰ ਮਿਸਰ ਛੋੜ ਕੇ ਚਲੇ ਜਾਓ ਹੁਣ ਰਾਤ ਨੂੰ ਮਿਸਰ ਛੋੜ ਕੇ ਨਿਕਲ ਪਏ ਤੇ ਕਈ ਦਿਨ ਜਾਣ ਰਸਤਾ ਨਾ ਮਿਲੇ ਹਜ਼ਰਤ ਰਸਤਾ ਨਹੀਂ ਲੱਭਦਾ ਪਿਆ ਰਹਿਨਮਾਈ ਨਹੀਂ ਮਿਲਦੀ ਵੀ ਮੇਰੀ ਤਰਫ਼ ਵੇਖਿਆ ਜੇ ਇੱਥੇ ਜ਼ਰਾ ਮੈਂ ਤੁਹਾਨੂੰ ਇਹ ਗੁਜ਼ਾਰਿਸ਼ ਕਰਨ ਲੱਗਾ ਵਾਂ ਇਹ ਗੱਲ ਸੁਣਾਉਣ ਲੱਗਾ ਵਾਂ ਹਜ਼ਰਤ ਮੂਸਾ ਅਲੈਹਿ ਸਲਾਤੁ ਵਸਲਾਮ ਮਿਸਰ ਅੰਦਰ ਨੇ ਮੈਂ ਜ਼ਰਾ ਮਦੀਨੇ ਪਹੁੰਚਾ ਤੁਸੀਂ ਵੀ ਮੇਰੇ ਨਾਲ ਜ਼ਰਾ ਮਦੀਨੇ ਚੱਲੋ ਨਬੀ ਪਾਕ ਦਾ ਦੌਰ ਹੈ ਸੱਲੱਲਾਹੁ ਅਲੈਹਿ ਵਸੱਲਮ ਥੋੜ੍ਹੀ ਦੇਰ ਬਾਅਦ ਦੁਬਾਰਾ ਇੱਥੇ 2-4 ਮਿੰਟਾਂ ਬਾਅਦ ਪਹੁੰਚ ਜਾਂਦੇ ਹਾਂ ਲੇਕਿਨ ਗੱਲ ਸਮਝਿਆ ਜੇ ਇੱਕ ਦਿਨ ਨਬੀ ਮਦੀਨਿਓਂ ਪਾਰ ਗਏ ਸੱਲੱਲਾਹੁ ਅਲੈਹਿ ਵਸੱਲਮ ਭੁੱਖ ਲੱਗੀ ਨਬੀ ਪਾਕ ਨੂੰ ਇੱਕ ਬੰਦੇ ਨੇ ਰਸਤੇ ਅੰਦਰ ਨਬੀ ਪਾਕ ਨੂੰ ਸੰਤੂ ਪਿਲਾਇਆ ਕੁਝ ਖਾਣ ਪੀਣ ਦੀਆਂ ਚੀਜ਼ਾਂ ਮੁਹੱਈਆ ਕੀਤੀਆਂ ਆਕਾ ਨੂੰ ਖਾਣਾ ਖਿਲਾਇਆ ਨਬੀ ਪਾਕ ਬੜੇ ਰਾਜ਼ੀ ਹੋਏ ਆਕਾ ਫਰਮਾਉਂਦੇ ਨੇ ਸਹਾਬੀਓ ਇਸ ਬੰਦੇ ਨੂੰ ਕਹੋ ਜਦੋਂ ਮਦੀਨੇ ਆਏ ਤੇ ਮੈਨੂੰ ਜ਼ਰੂਰ ਮਿਲੇ ਅੱਜ ਇਹਨੇ ਖਿਦਮਤ ਕੀਤੀ ਕੱਲ ਅਸੀਂ ਵੀ ਇਹਦੀ ਖਿਦਮਤ ਕਰਾਂਗੇ ਕੁਝ ਦਿਨ ਗੁਜ਼ਰੇ ਉਹ ਬੰਦਾ ਮਦੀਨੇ ਆਇਆ ਆਕਾ ਫਰਮਾਉਂਦੇ ਨੇ ਜਲਦੀ ਕਰੋ ਇਹਦੇ ਲਈ ਖਾਣ ਪੀਣ ਦਾ ਬੰਦੋਬਸਤ ਕਰੋ ਖਾਣਾ ਖਿਲਾਇਆ ਗਿਆ ਆਕਾ ਫਰਮਾਉਂਦੇ ਨੇ ਪਰਵਾਨੇ ਜੋ ਚਾਹਨਾ ਮੰਗ ਲੈ ਤੂੰ ਸਾਡੀ ਬੜੀ ਖਿਦਮਤ ਕੀਤੀ ਅੱਜ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੇਰੇ ਤੇ ਰਾਜ਼ੀ ਏ ਜੋ ਚਾਹਨਾ ਮੰਗ ਲੈ ਇਸ ਇਰਾਬੀ ਪੇਂਡੂ ਦੇਹਾਤੀ ਬੰਦੇ ਨੂੰ ਨਬੀ ਪਾਕ ਨੇ ਕਿਹਾ ਜੋ ਚਾਹਨਾ ਮੰਗ ਲੈ ਮੈਂ ਤੇਰੇ ਤੇ ਰਾਜ਼ੀਆਂ ਦੇ ਆਂਦਾ ਅੱਛਾ ਕੋ 2-3 ਬੱਕਰੀਆਂ ਦੇ ਦਿਓ ਇੱਕ ਊਂਟਣੀ ਦੇ ਦਿਓ ਲਓ ਨਬੀਆਂ ਦੇ ਇਮਾਮ ਸੱਲੱਲਾਹੁ ਅਲੈਹਿ ਵਸੱਲਮ ਨੇ ਆਫਰ ਕੀਤੀ ਖੁਦਾ ਦੀ ਕਸਮ ਇਹਨੂੰ ਬਸ ਜ਼ੇਹਨ ਅੰਦਰ ਜਿਹੜੀ ਗੱਲ ਆਂਦਾ ਜੀ 2-3 ਬੱਕਰੀਆਂ ਦੇ ਦਿਓ ਦੁੱਧ ਵਾਲੀ ਕੋਈ ਇੱਕ ਅੱਧੀ ਊਂਟਣੀ ਦੇ ਦਿਓ ਆਕਾ ਫਰਮਾਉਂਦੇ ਨੇ ਤੁਫ ਤੇਰੇ ਤੇ ਅਫਸੋਸ ਹੈ ਉਹ ਸਿਆਬੀ ਇਹਨੂੰ ਬੱਕਰੀਆਂ ਵੀ ਦੇ ਦਿਓ ਊਂਟਣੀ ਦੇ ਦਿਓ ਇਹ ਬੱਕਰੀਆਂ ਊਂਟਣੀਆਂ ਮੰਗ ਕੇ ਬਹਿ ਗਿਆ ਹੈ ਤੇ ਉਹ ਬਣੀ ਇਸرائیਲ ਦੀ ਬੁੜੀ ਔਰਤ ਨਾਲ ਵੀ ਥੱਕਿਆ ਹੋਇਆ ਇਹਦੇ ਨਾਲ ਤੇ ਉਹ ਅੰਮਾ ਚੰਗੀ ਜਿਹਨੇ ਬਹੁਤ ਖੂਬਸੂਰਤ ਚੀਜ਼ ਜਨਾਬੇ ਮੂਸਾ ਨਬੀ ਕੋਲ ਮੰਗ ਲਈ ਇਹਦੇ ਬੱਲੇ ਕੱਖ ਨਹੀਂ ਇਹਨੇ ਬੱਕਰੀਆਂ ਭੇਡਾਂ ਮੰਗ ਲਈਆਂ ਨੇ ਊਂਟਣੀ ਮੰਗ ਲਈ ਹੈ ਆਕਾ ਫਰਮਾਉਂਦੇ ਖੁਦਾ ਦੀ ਕਸਮ ਆਜ ਜੋ ਵੀ ਮੰਗਦਾ ਅਰਸ਼ਾਂ ਵਾਲੇ ਰੱਬ ਕੋਲ ਮੈਂ ਮੁਹੰਮਦ ਨੇ ਲੈ ਕੇ ਦੇਣਾ ਸੀ
लेकिन इन्हें बकरियां मंगी बकरियां फड़ाओ उठी तोरो इन अल्लाह दे सबर जा ले जा। सवाल पैदा हो गया आओ जरा फिर दोबारा उथे चलिए मेरी तरफ वेखना आमीना दे लाल फरमांदे ने हजरत मूसा नू अल्लाह पाक ने फिरौनिया दे जुलम तू नजात देन दा वादा कीता फरमाया जरा मिस्र छड़ के अपने कौम कबीले नू लेके चले जाओ जरा बे मूसा रोजाना रात नू निकलदे रस्ता नहीं पिया मिलदा रहनुमाई नहीं पी मिलदी इस कौम दे उलमा बुजुर्गां ने कहा जरा बे मूसा इंज लगदा है कोई चीज भुल के जा रहे हैं ता जरा रहनुमाई मुयसर नहीं आ रही रस्ता आसान नहीं हो रहा कोई चीज भुल गए सोचो भला की रह गया हजरात मेरी तरफ वेखे आजे सोचदियां एक बाबा जी आलमे दीन आंदे ने मैनू याद आया हजरत यूसुफ अलैहि सलाम दे मुतल्लक खबर मैं सुनी हुई है जनाबे यूसुफ फौत होण लग्या फरमा गए सन जदों मिस्र छोड़ के तुसा जाओ मेरी लाश मेरी मैयत मेरे ताबूत नू नाल ही लै जाया जे ताबूत नू नाल लै जाया जे उत्थे जाके अबौजदाद दे कब्रस्तान अंदर दफन करया जे ए बाबा जी आंदे ने रब दे नबी मूसा जी सैयदना यूसुफ अलैहि सलाम दी लाश मैयत ओ ताबूत नू भुल चले आई बजाय उधर अल्लाह अकबर याद आ गया सारिआं नू हां बिल्कुल असां वी गल्लां सुणियां ने आओ जरा कबर लभीए ते तुर पए आंदे ने कबर है किथे किसे नू पता ही नहीं 300 साल या 400 साल गुजर गए ने कबर दा ते किसे नू पता ही नहीं आंदे ने किहनू पता होएगा उहने कहा अपने च सब तू वड्डी ओ बीबी ए बुढ़ी अम्मा ओनू जरा पुछिए को हो सकदा इनू पता होवे कि वडेरी उम्र काफी लंबी उम्र है सारे जमा हो के जनाबे मूसा अली सलाम भी इसे बुढ़ी जी अम्मा दे कोल आए हुण गल सुनया जे इस अम्मा दा तज़करा नबी पाक करदे ने पे बुढ़ी अम्मा कोल आए मेरे आका ने पूरी रवायत उथे अपने गुलामां नू सुनाई बुढ़ी अम्मा नू जनाबे मूसा सलाम दुआ दे बादां दे अम्मा जनाबे यूसुफ अली सलाम दी कबर मुबारक दा क्या तैनू पता है उन्होंने वादा लिया सी अखद लिया सी जांदे आ मिस्र छोड़दे आ मेरे ताबूत नू लाश नू नाल लै जाया जे अम्मा जान कबर नहीं लभदी पई तुहानू पता है ते दसो अम्मा जी फरमांदियां अल्लाह पाक दा एहसान है कबर दी मैं निशानदेही कर सकनी आ मैनू मालूम है मैनू पता है जनाबे मूसा फरमांदे ने आओ बिस्मिल्लाह तुरो साडे नाल तुरो ते दसो कबर किथे अम्मा जी दौलत पैसे नहीं अम्मा जी की चाहनी है की लेना चाहनी है अम्मा जी आंदी जनाबे मूसा मैं रब को जन्नत भी चाहनी हाँ जन्नत अंदर तुहाडा गवांड भी चाहनी हाँ जनाबे मूसा का गवांड भी चाहनी हाँ ते रब को जन्नत भी चाहनी हाँ सुभान जन्नत भी ते जन्नत अंदर नबी मूसा दा गवांड भी हजरत मूसा फरमांदे मेरे बस दी गल नहीं मैनू की पता तू जन्नत अंदर जाना है नहीं जाना गवांड मिलने ते अल्लाह ही बेहतर जानदा मैं ते नहीं दे सकदा अम्मा जी फरमांदी फिर अल्लाह दे सबर तुसी भी जाओ मैं भी कबर दा पता नहीं दसना कबर दा पता तां दसांगी पहले वादा करो जन्नत हजरत मूसा आंदे ने ई ते अल्लाह पाक ही मेहरबानी फरमा देवे ते फरमा देवे मेरे इख्तियार दी गल ते नहीं जन्नत जहन्नम ते रब दे इख्तियार दी गल है किंदे वास दी गल रब दे इख्तियार दी अजे गल्लां हो रहीआं ने आसमान तो जनाबे मूसा ली रब दा पैगाम आ गया अल्लाह पाक फरमांदे ने मूसा इसे बीबी नू जन्नत दी खुशखबरी दियो जन्नत भी पक्की जनाबे मूसा जी तुहाडा गवांड भी पक्का अल्लाह पाक फरमांदे ने मूसा अज दा नहीं ए ते मुद्दतां तू गल लिखी है इस बीबी नू मैं जन्नत भी देनी है जन्नत अंदर तेरा गवांड वजा की है अल्लाह पाक फरमांदे ने एक अमल इंदा मैनू बड़ा पसंद आया ए बीबी तौहीद वाली ए बीबी ने सारी जिंदगी गुजर गई है हजरत यूसुफ दी कब्र दा किसे नू पता नहीं दसिया क्यों इनू डर सी जे मैं पता दसिया किते लोग कब्र नू सजदे ना करन लग जान शिरक ना करन लग जान मिट्टी
ਬੀਬੀ ਬਰਕਤ ਦੇ ਤੌਰ ਤੇ ਚੁੱਕ ਕੇ ਨਾ ਲੈ ਜਾਣ। ਇਹ ਬੀਬੀ ਦੇ ਦਿਲ ਅੰਦਰ ਡਰ ਸੀ ਕਿ ਮੁਸ਼ਕਲ ਕੁਸ਼ਾ ਤੇ ਅੱਲਾ ਏ, ਹਜ ਦਰਵਾ ਅੱਲਾ ਏ, ਬਿਗੜੀਆਂ ਬਣਾਉਣ ਵਾਲਾ ਅੱਲਾ। ਕਿਤੇ ਲੋਕਾਂ ਨੂੰ ਮੈਂ ਕਬਰ ਦਾ ਦੱਸਾਂ ਤੇ ਲੋਕ ਕਬਰ ਤੇ ਸਜਦੇ ਹੀ ਨਾ ਪੈ ਜਾਣ। ਇਹ ਬੀਬੀ ਤੌਹੀਦ ਵਾਲੀ ਅੱਲਾ ਵਾਲੀ। ਅੱਲਾ ਪਾਕ ਫਰਮਾਉਂਦੇ ਨੇ ਸ਼ਿਰਕ ਨਾ ਸ਼ੁਰੂ ਹੋ ਜਾਏ ਇਸ ਡਰ ਤੋਂ। ਇਹਨੇ ਅੱਜ ਤੱਕ ਕਿਸੇ ਨੂੰ ਕਬਰ ਦਾ ਪਤਾ ਨਹੀਂ ਦੱਸਿਆ। ਮੈਂ ਰੱਬ ਇਹਦੇ ਤੇ ਰਾਜ਼ੀ ਹਾਂ, ਜੰਨਤ ਵੀ ਪੱਕੀ ਜਨਾਬੇ ਮੂਸਾ ਦਾ ਗਵਾਣ ਵੀ ਪੱਕਾ। ਬੀਬੀ ਮੁਬਾਰਕ ਹੋਏ, ਤੇਰੇ ਨਾਮ ਰੱਬ ਨੇ ਜੰਨਤ ਲਿਖ ਦਿੱਤੀ ਹੈ। ਹੁਣ ਨਬੀ ਪਾਕ ਨੇ ਗੱਲ ਸੁਣਾ ਕੇ ਫਰਮਾਇਆ, ਆ ਜੇ ਬੰਦਾ ਭੇਡਾਂ ਬੱਕਰੀਆਂ ਦੀ ਜਗ੍ਹਾ, ਖੁਦਾ ਦੀ ਕਸਮ ਮੇਰੇ ਕੋਲ ਜੰਨਤ ਤੇ ਜੰਨਤ ਅੰਦਰ ਮੇਰੇ ਗਵਾਣ ਦਾ ਸਵਾਲ ਕਰਦਾ, ਆਜ ਮੇਰੇ ਰੱਬ ਨੇ ਨਬੀ ਪਾਕ ਫਰਮਾਉਂਦੇ ਇਸ ਪੇਂਡੂ ਬੰਦੇ ਨੂੰ ਜੰਨਤ ਵੀ ਦੇ ਦੇਣੀ ਸੀ, ਜੰਨਤ ਅੰਦਰ ਮੇਰਾ ਗਵਾਣ ਵੀ ਦੇ ਦੇਣਾ ਸੀ। ਲੇਕਿਨ ਇਹਦੀ ਕਿਸਮਤ ਇਹਨੇ ਬੱਕਰੀਆਂ ਭੇਡਾਂ ਉਡਣੀਆਂ ਮੰਗੀਆਂ, ਮੇਰੀ ਤਰਫ ਵੇਖਿਆ ਜੇ। ਅੰਮਾ ਜੀ ਨੇ ਕਿਹਾ ਚਲੋ ਫਿਰ ਜੇ ਖੁਸ਼ਖਬਰੀ ਮਿਲ ਗਈ ਤੇ ਚਲੋ ਮੈਂ ਚੱਲੀ ਆ। ਅੰਮਾ ਨਾਲ ਤੁਰ ਪਈ। ਇਹ ਪਹਾੜੀ ਤੋਂ ਪਾਣੀ ਦਾ ਚਸ਼ਮਾ ਇੰਜ ਨਾ ਨੀਚੇ ਪੱਥਰ ਤੇ ਗਿਰਦਾ ਪਿਆ। ਅੰਮਾ ਦੀ ਜਨਾਬੇ ਮੂਸਾ ਜੀ, ਇਹ ਜਿਹੜਾ ਚਸ਼ਮਾ ਪਾਣੀ ਦਾ ਚੱਲ ਰਿਹਾ, ਇਹਦਾ ਰੁੱਖ ਬਦਲ ਦਿਓ, ਇਹਨੂੰ ਬੰਦ ਕਰਕੇ ਪਾਣੀ ਦਾ ਰੁੱਖ ਦੂਜੇ ਪਾਸੇ ਕਰੋ। ਉਸ ਚਸ਼ਮੇ ਨੂੰ ਬੰਦ ਕਰਕੇ ਪਾਣੀ ਦੂਜੇ ਪਾਸੇ ਕਰ ਦਿੱਤਾ ਗਿਆ। ਅੰਮਾ ਜਾਨ ਫਰਮਾਉਂਦੀ ਹੈ, ਇਹ ਜਗ੍ਹਾ ਖੋਦੋ ਹਜ਼ਰਾ ਜਿੱਥੇ ਪਾਣੀ ਗਿਰਦਾ ਪਿਆ, ਉਹਦੇ ਨੀਚੇ ਚਸ਼ਮੇ ਵਾਲੀ ਜਗ੍ਹਾ ਨੂੰ ਖੋਦਿਆ ਗਿਆ। ਨੀਚਿਓ ਜਨਾਬੇ ਯੂਸਫ ਰਹੀ ਸਲਾਤੂ ਸਲਾਮ ਦਾ ਉਹ ਲਾਸ਼ ਵਾਲਾ ਤਾਬੂਤ ਨਿਕਲ ਆਇਆ। ਹਜ਼ਰਤ ਮੂਸਾ ਅਲੈਹਿ ਸਲਾਮ ਕਮ ਅਜ਼ ਕਮ 3 ਜਾਂ ਕੋਈ 350-400 ਸਾਲ ਦੇ ਬਾਅਦ ਪੂਰਾ ਹਜ਼ਰਾਤ ਕੌਮ ਕਬੀਲਾ ਤੇ ਕਾਫਲਾ ਹਜ਼ਰਤ ਯਾਕੂਬ ਅਲੈਹਿ ਸਲਾਮ ਦੀ ਔਲਾਦ ਖਾਨਦਾਨ ਬੜਦਿਆਂ ਬੜਦਿਆਂ ਲੱਖਾਂ ਦੀ ਤਾਦਾਦ ਅੰਦਰ ਜਦੋਂ ਆਏ ਤੇ ਕੁੱਲ 93 ਅਫਰਾਦ, ਅੱਜ ਲੱਖਾਂ ਦੀ ਤਾਦਾਦ ਅੰਦਰ ਇੱਥੋਂ ਸਾਰਾ ਮਿਸਰ ਛੋੜ ਕੇ ਨਿਕਲ ਪੈਂਦੇ ਨੇ। ਹਜ਼ਰਾਤ ਕਿਨਾਨ ਨੂੰ ਤੁਰ ਪਏ ਰਸਤੇ ਅੰਦਰ ਉਹ ਵਾਪਸੀ ਤੇ ਹਜ਼ਰਾ ਰਸਤੇ ਅੰਦਰ ਜਦੋਂ ਦਰਿਆ ਨੇ ਰਸਤੇ ਦੇ ਦਿੱਤੇ ਪਾਰ ਚਲੇ ਗਏ। ਫਿਰ ਆਉਣ ਪਿੱਛੇ ਆਇਆ ਤੇ ਰੱਬ ਨੇ ਉਹਨੂੰ ਡੁਬੋ ਕੇ ਗਰਕ ਕਰ ਦਿੱਤਾ ਹੈ। ਇਹ ਮੰਜ਼ਿਲ ਬ ਮੰਜ਼ਿਲ ਸਫ਼ਰ ਤੈਅ ਕਰਦੇ ਹਨ। ਹਜ਼ਰਤ ਮੂਸਾ ਅਲੈਹਿ ਸਲਾਮ ਹਜ਼ਰਤ ਯੂਸਫ ਅਲੈਹਿ ਸਲਾਮ ਦੇ ਤਾਬੂਤ ਨੂੰ ਲੈ ਕੇ ਆਪਣੇ ਆਪਾਓ ਅਜਦਾਦ ਦੇ ਪੁਰਾਣੇ ਕਬਰਸਤਾਨ ਬਲਾਤਾ ਨਾਮੀ ਜਾਂ ਉੱਥੇ ਹੀ ਹਜ਼ਰਾਤ ਕਨਾਨ ਦੇ ਕਬਰਸਤਾਨ ਦੇ ਅੰਦਰ ਹਜ਼ਰਤ ਯੂਸਫ ਅਲੈਹਿ ਸਲਾਮ ਨੂੰ ਜਾ ਦਫ਼ਨ ਕੀਤਾ। ਇਹ ਜੇ ਹਜ਼ਰਤ ਯੂਸਫ ਅਲੈਹਿ ਸਲਾਤੁ ਵਸਲਾਮ ਦਾ ਵਾਕਿਆ ਤੇ ਦਾਸਤਾਨ। ਹੁਣ ਇੱਧਰ ਮੇਰੀ ਤਰਫ ਵੇਖਿਆ ਜੇ, ਆਖਰੀ ਪੈਗਾਮ ਵੀ ਨੋਟ ਕਰ ਲਓ, ਆਖਰੀ ਆਖਰੀ ਗੱਲਾਂ ਨੋਟ ਕਰੋ। ਅੱਲਾ ਜ਼ੁਲ ਜਲਾਲ ਫਰਮਾਉਂਦੇ ਨੇ ਕਿ ਮੇਰੇ ਮਹਬੂਬ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸੁਣਿਆ, ਜ਼ਾਲਿਕਾ ਮਿਨ ਅੰਬਾਇਲ ਗਾਇਬ ਨੂਹੀ ਇਲੈਕਾ ਵਮਾ ਕੁਨਤਾ ਲਦਈਹਿਮ ਇਜ਼ ਅਜਮਾਉ ਅਮਰਹੁਮ ਵਹੁਮ ਯਮਕੁਰੂਨ। ਅੱਲਾ ਪਾਕ ਫਰਮਾਉਂਦੇ ਨੇ, ਇਹ ਮੇਰੇ ਮਹਬੂਬ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸੋਹਣਿਆ, ਇਹਨਾਂ ਲੋਕਾਂ ਤੈਨੂੰ ਪੁੱਛਿਆ ਕਿ ਹਜ਼ਰਤ ਯੂਸਫ ਦੇ ਭਰਾ ਦੇ ਯੂਸਫ ਦਾ ਕੀ ਮੁਆਮਲਾ ਹੈ, ਇਹਨਾਂ ਨੂੰ ਇਹ ਦੱਸੋ। ਇਹਨਾਂ ਪੁੱਛਿਆ ਉਹ ਕਿਨਾਨ ਕਿਵੇਂ ਪਹੁੰਚੇ। ਸਾਰਾ ਵਾਕਿਆ ਰੱਬ ਨੇ ਨਬੀ ਪਾਕ ਦੇ ਸੀਨੇ ਤੇ ਨਾਜ਼ਲ ਕਰਕੇ ਕਿਹਾ, ਸੋਹਣੇ ਹੋ ਇਹ ਗੈਬ ਦੀਆਂ ਖ਼ਬਰਾਂ ਨੇ, ਅਸੀਂ ਬਜ਼ਰੀਆ ਵਹੀ ਤੁਹਾਨੂੰ ਦੱਸ ਰਹੇ ਹਾਂ। ਇਹ ਮਹਬੂਬਾਂ ਇਹ ਗੈਬ ਦੀਆਂ ਖ਼ਬਰਾਂ ਬਜ਼ਰੀਆ ਵਹੀ ਅਸਾਂ ਤੁਹਾਨੂੰ ਦੱਸੀਆਂ। ਮਹਬੂਬਾ ਜਦੋਂ ਜਨਾਬੇ ਯੂਸਫ ਦੇ ਭਰਾਵਾਂ ਨੇ ਇਰਾਦਾ ਕਰ ਲਿਆ ਕੁਰਤਾ ਲਾ ਕੇ ਖੂਹ ਅੰਦਰ ਸੁੱਟਣਾ ਹੀ ਸੁੱਟਣਾ, ਨਬੀ ਪਾਕ ਨੂੰ ਅੱਲਾ ਪਾਕ ਫਰਮਾਉਂਦੇ ਸੁਣੇ ਹੋ, ਉਦੋਂ ਤੁਸਾਂ ਉਸ ਖੂਹ ਦੇ ਕਰੀਬ ਉਹਨਾਂ ਦੇ ਕੋਲ ਤੇ ਨਹੀਂ ਸੋਣਾ, ਉੱਥੇ ਤੁਸਾਂ ਨਹੀਂ ਸੋ। ਮੈਂ ਤੁਹਾਡਾ ਰੱਬ ਇਹ ਵਹੀ ਦੇ ਜ਼ਰੀਏ ਪੁਰਾਣੀਆਂ ਦਾਸਤਾਨਾਂ ਤੇ ਵਾਕਿਆ ਵਹੀ ਦੇ ਜ਼ਰੀਏ ਤੁਹਾਨੂੰ ਸੁਣਾ ਰਿਹਾ। ਸੁਭਾਨ, ਇਹ ਗੈਬ ਦੀਆਂ ਖ਼ਬਰਾਂ ਨੇ। ਅੱਲਾ ਜ਼ੁਲ ਜਲਾਲ ਫਰਮਾਉਂਦੇ ਨੇ, ਇਹ ਮੇਰੇ ਮਹਬੂਬ ਜੀ ਗੱਲ ਸੁਣੋ, ਇਹ ਸਾਰੀਆਂ ਗੈਬ ਦੀਆਂ ਖ਼ਬਰਾਂ ਵਹੀ ਦੇ ਜ਼ਰੀਏ ਮੈਂ ਤੁਹਾਨੂੰ ਸੁਣਾ ਰਿਹਾ ਵਾ। ਅੱਗੇ ਅੱਲਾ ਪਾਕ ਫਰਮਾਉਂਦੇ ਨੇ, ਵਮਾ ਅਕਸਰ ਇਹ ਮਹਬੂਬਾ
ਤੁਸੀਂ ਚਾਹੁੰਦੇ ਹੋ ਤੁਹਾਡੇ ਦਿਲ ਦੀ ਤਮੰਨਾ ਕਿ ਵਾਕਿਆ ਮੈਂ ਸੁਣ ਕੇ ਅੱਗੇ ਲੋਕਾਂ ਨੂੰ ਸੁਣਾਵਾਂਗੇ ਕਲਮਾ ਪੜ੍ਹ ਲੈਣਗੇ। ਅੱਲਾ ਪਾਕ ਫਰਮਾਉਂਦੇ ਨੇ ਮਹਿਬੂਬ ਜੀ ਇਹ ਮੱਕੇ ਦੇ ਕਾਫਰ ਮੁਸ਼ਰਕ ਇਹ ਤੁਹਾਡੇ ਕੋਲ ਪੁਰਾਣੇ ਨਬੀਆਂ ਦੇ ਕਿੱਸੇ ਤੇ ਵਾਕਿਆਤ ਹਜ਼ਰਤ ਯੂਸਫ ਦੇ ਵਾਕਿਆਤ ਇਹ ਸਾਰਾ ਵਾਕਿਆ ਸਿਰਫ ਕੰਨਾਂ ਦੀ ਲੱਜ਼ਤ ਵਾਸਤੇ ਮਜ਼ੇ ਵਾਸਤੇ ਸੁਣਦੇ ਨੇ ਕਲਮਾ ਕੁਲਮਾ ਇੰਨਾ ਕੋਈ ਨਹੀਂ ਪੜ੍ਹਨਾ। ਗੱਲ ਸਮਝ ਆ ਰਹੀ? ਵਮਾ ਅਕਸਰੁ ਨਾਸ ਵਲਉ ਹਰਸਤਾ ਬਿਮੁਮਿਨੀਨ। ਮਹਬੂਬਾ ਤੁਹਾਨੂੰ ਗਮ ਏ ਫਿਕਰ ਏ ਲੋਕ ਕਲਮਾ ਪੜ੍ਹ ਲੈਣ ਮੁਸਲਮਾਨ ਹੋ ਜਾਣ ਇਹ ਤੇ ਕਿਸਮਤ ਦੀ ਗੱਲ ਏ, ਲੇਕਿਨ ਅਕਸਰ ਲੋਕ ਚਸਕੇ ਵਾਸਤੇ ਲੱਜ਼ਤ ਲੈਣ ਲਈ ਵਾਕਿਆ ਸੁਣ ਲੈ ਅਮਲ ਉਮਲ ਇਹਨਾਂ ਕੋਈ ਨਹੀਂ ਕਰਨਾ। ਤੁਹਾਡਾ ਕੀ ਖਿਆਲ? ਕਹੋ ਇਨਸ਼ਾਲਾ ਅਮਲ ਕਰਾਂਗੇ। ਔਰ ਮੇਰੇ ਪਿਆਰੇ ਭਾਈਓ ਵਾਕਿਆ ਯੂਸਫ ਤੁਹਾਨੂੰ ਸੁਣਾਇਆ, ਇਹਦੇ ਅੰਦਰ ਕਈ ਖੁਦਾ ਦੀ ਕਸਮ ਸਬਕ ਨੇ, ਕਈ ਨਸੀਹਤਾਂ ਨੇ, ਇਨਸ਼ਾਲਾ ਅਸੀਂ ਅਮਲ ਕਰਾਂਗੇ। ਕਹੋ ਇਨਸ਼ਾਲਾ। ਅੱਲਾ ਪਾਕ ਫਰਮਾਉਂਦੇ ਨੇ ਸੋਹਣਿਓ ਲੋਕ ਕਈ ਬਾਦ ਲੱਜ਼ਤਾਂ, ਹੁਣ ਅੱਲਾ ਪਾਕ ਫਰਮਾ ਰਹੇ ਨੇ ਕੁਰਾਨ ਕਹਿ ਰਹੇ ਤੇ ਗੱਲ ਤੇ ਬਿਲਕੁਲ ਫਿਰ 100% ਦਰੁਸਤ ਹੈ। ਕਈਆਂ ਦਾ ਸਿਰਫ ਜ਼ਹਿਨ ਹੁੰਦਾ ਚਸਕਾ। ਅੱਲਾ ਪਾਕ ਫਰਮਾਉਂਦੇ ਨੇ ਸੋਹਣਿਓ ਮੈਂ ਤੁਹਾਨੂੰ ਇਹ ਵਾਕਿਆ ਸੁਣਾ ਦਿੱਤਾ, ਸੁਣਾ ਦਿਓ ਇਹਨਾਂ ਨੂੰ, ਹੋ ਸਕੇ ਕੋਈ ਕਲਮਾ ਪੜ੍ਹ ਲਵੇ। ਲੇਕਿਨ ਮੈਂ ਤੁਹਾਡਾ ਰੱਬ ਕਹਿ ਰਿਹਾ ਇਹਨਾਂ ਚਸਕੇ ਵਾਸਤੇ ਤੁਹਾਨੂੰ ਸਵਾਲ ਕੀਤੇ ਨੇ। ਅੱਗੇ ਅੱਲਾ ਪਾਕ ਫਰਮਾਉਂਦੇ ਨੇ ਵਮਾ ਤਸਅਲੂਹੁਮ ਅਲੈਹਿ ਮਿਨ ਅਜਰਿਨ। ਇਹਨਾਂ ਦਾ ਇਹ ਖਿਆਲ ਹੈ ਕਿ ਨਬੀ ਪਾਕ ਨੇ ਜਿਹੜਾ ਨਬੂਅਤ ਦਾ ਐਲਾਨ ਕੀਤਾ ਇਹ ਪੈਸੇ ਇਕੱਠੇ ਕਰਨ ਵਾਸਤੇ ਕੀਤਾ। ਅਸਤਗਫਿਰੁਲਲਾਹ। ਇਹ ਕੁਰਾਨ ਮੇਰੇ ਹੱਥ ਅੰਦਰ। ਵਮਾ ਤਸਅਲੂਹੁਮ ਅਲੈਹਿ ਮਿਨ ਅਜਰਿਨ। ਇਹ ਨਬੂਅਤ ਦਾ ਐਲਾਨ ਪੈਸੇ ਇਕੱਠੇ ਕਰਨ ਵਾਸਤੇ ਨਹੀਂ। ਨਬੀ ਜਿਹੜੀ ਤਬਲੀਗ ਕਰਦਾ ਕੋਈ ਪੈਸਾ ਨਹੀਂ ਹੈ, ਸਿਰਫ ਅੱਲਾ ਦੀ ਰਜ਼ਾ ਲਈ ਉਹ ਰੱਬ ਦੀਆਂ ਡਿਊਟੀਆਂ ਦੇ ਰਿਹਾ ਹੁੰਦਾ ਹੈ। ਕੋਈ ਪੈਸਾ ਕੋਈ ਦੌਲਤ ਨਹੀਂ। ਕੁਰਾਨ ਆਂਦਾ ਇਨ ਹੁਵਾ ਇਲਾ ਜ਼ਿਕਰੁਲ ਲਿਲ ਆਲਮੀ। ਇਹ ਮਹਿਬੂਬ ਜੀ ਇਹ ਕੁਰਾਨ ਸਾਰੇ ਆਲਮ ਵਾਸਤੇ ਨਸੀਹਤ ਹੈ, ਹਦਾਇਤ ਹੈ, ਨਸੀਹਤ ਹੈ, ਰਹਿਮਤ ਹੈ। ਕੁਰਾਨ ਆ ਗਿਆ ਜਿਹੜਾ ਅਮਲ ਕਰੇਗਾ ਉਹਦੇ ਲਈ ਹਦਾਇਤ ਤੇ ਰਹਿਮਤ ਹੈ, ਜਿਹੜਾ ਅਮਲ ਨਹੀਂ ਕਰੇਗਾ ਉਹ ਆਪਣਾ ਹੀ ਨੁਕਸਾਨ ਕਰੇਗਾ। ਰੱਬ ਤੇ ਉਹਦੇ ਪੈਗੰਬਰਾਂ ਦਾ ਕੁਝ ਵਿਗਾੜ ਸਕਦਾ? ਰੱਬ ਦਾ ਕੁਝ ਵਿਗਾੜ ਸਕਦਾ? ਕੁਝ ਵੀ ਨਹੀਂ। ਕੁਰਾਨ ਹਦਾਇਤ ਹੈ, ਜਿਹੜਾ ਅਮਲ ਕਰੇਗਾ ਖੁਦਾ ਦੀ ਕਸਮ ਉਹਦੇ ਵਾਸਤੇ ਰਹਿਮਤ ਹੈ, ਉਹਦੇ ਵਾਸਤੇ ਹਦਾਇਤ। ਅੱਗੇ ਅੱਲਾ ਪਾਕ ਫਰਮਾਉਂਦੇ ਵਮਾ ਯੁਮਿਨੂ ਅਕਸਰੁਹੁਮ ਬਿੱਲਾਹ ਇਲਾ ਵਹੁਮ ਮੁਸ਼ਰਿਕੂਨ। ਅੱਲਾ ਪਾਕ ਨੇ ਇਹ ਉਹ ਹਕੀਕਤ ਹੈ ਜਿਹੜੀ ਖੋਲ ਕੇ ਕੁਰਾਨ ਨੇ ਬਿਆਨ ਕਰ ਦਿੱਤੀ। ਅਕਸਰ ਲੋਕ ਇਮਾਨ ਵੀ ਲੈ ਆਣਗੇ ਫਿਰ ਵੀ ਮੁਸ਼ਰਕ ਦੇ ਮੁਸ਼ਰਕ ਰਹਿਣਗੇ। ਲੋ ਜਿਹੜੇ ਆਉਂਦੇ ਨੇ ਕਲਮਾ ਪੜ੍ਹਨ ਲਈ ਮੁਸ਼ਰਕ ਹੋ ਹੀ ਨਹੀਂ ਸਕਦੇ, ਉਹਨਾਂ ਦੇ ਅਕੀਦੇ ਤੇ ਰੱਬ ਨੇ ਛੁਰੀ ਫੇਰ ਦਿੱਤੀ ਜੇ, ਫਿਰ ਕੀ ਛੁਰੀ? ਵਮਾ ਯੁਮਿਨੂ ਅਕਸਰੁਹੁਮ ਬਿੱਲਾਹਿ ਇਲਾ ਵਹੁਮ ਮੁਸ਼ਰਿਕੂਨ। ਕਲਮਾ ਪੜ੍ਹ ਕੇ ਇਮਾਨ ਲਿਆ ਕੇ ਵੀ ਮੁਸ਼ਰਕ ਰਹਿਣਗੇ। ਕੀ ਵਜ੍ਹਾ? ਕਹਿਣਗੇ ਮੁਸ਼ਕਲ ਕੁਸ਼ਾ ਹਾਜਤ ਰਵਾ ਅੱਲਾ ਏ, ਲੇਕਿਨ ਇਹ ਵੀ ਹੈ ਉਹ ਵੀ ਹੈ। ਇਹ ਉਹ ਲੋਕ ਨੇ ਜਿਹਨਾਂ ਕਲਮਾ ਵੀ ਪੜ੍ਹਿਆ ਫਿਰ ਵੀ ਮੁਸ਼ਰਕ ਦੇ ਮੁਸ਼ਰਕ। ਹਜ਼ਰਾਤ ਅੱਲਾ ਪਾਕ ਸਾਨੂੰ ਅਮਲ ਕਰਨ ਦੀ ਤੋਫੀਕ ਦੇ। ਅੱਛਾਈ ਦਾ ਬਦਲਾ ਅੱਛਾਈ ਨਾਲ, ਨੇਕੀ ਦਾ ਬਦਲਾ ਨੇਕੀ, ਅੰਜਾਮ ਅੱਛਾ ਤੇ ਬੁਰੇ ਕੰਮ ਦਾ ਨਤੀਜਾ ਵੀ। ਆਖਰੀ ਮੇਰਾ ਪੈਗਾਮ, ਹੋਸ਼ ਕਰ ਬੰਦਿਆ। ਅੱਜ ਤੁਸੀਂ ਛੇਤੀ ਥੱਕ ਗਏ ਹੋ, ਕੀ ਗੱਲ? ਮੈਨੂੰ ਇੰਜ ਲੱਗਦਾ ਵੀ ਤੁਹਾਡਾ ਦਿਲ ਕਰੇ ਛੇਤੀ ਕਰ ਸਕ ਦੁਆ ਕਰ ਦਿਓ, ਨਹੀਂ ਕਰਨੀ? ਚਲੋ ਠੀਕ ਹੈ। ਹੋਸ਼ ਕਰ ਬੰਦਿਆ ਛੱਡ ਦੇ ਨਾਦਾਨੀਆਂ, ਫਿਰ ਤੇਰੀਆਂ ਹੀ ਕੀਤੀਆਂ ਤੇਰੇ ਅੱਗੇ ਆਉਣੀਆਂ। ਹੋਸ਼ ਕਰ ਬੰਦਿਆ ਸਾਥੀਆਂ ਤੇ ਤੇਰਿਆਂ ਨੇ ਸਾਥ ਨਹੀਂ ਨਿਭਾਵਣਾ, ਕੱਲਾ ਇੱਥੇ ਆਇਆ ਏ ਤੇ ਕੱਲਾ ਇੱਥੋਂ ਜਾਵਣਾ।
रात भी नी रखना फिर तेरे दिल जानिया फिर तेरी आई कीतिया तेरे अगे आनिया होश कर बंदे लालच विच पैके तू जुलम कमाना है हिरस विच पैके तू जुलम कमाना है खो खो के माल पे गरीबां दे दुखाना है इत्थे छड जानिया सब राज सुल्तानिया फिर तेरी आई कीतिया तेरे अगे आनिया होश कर बंदे सूरह यूसुफ दी आखरी आखरी आयत सुन लो लकद कान फी कससिहिम इबरतुल लिउलिल अलबाब मा कान हदीसै उफ्तरा वलाकिन तस्दीक अल्लज़ी बैन यदैहि व तफ़सील कुल शैइन व हुदन व रहमतुल लिक़ौमी युमिनून। अल्लाह पाक मेरी तुहाडी आज दी हाजरी कबूल फरमाए। अल्लाह पाक फरमांदे ने किस्सा ए कहानी अकल वाले वास्ते इहदे अंदर इबरत ही इबरत है। इस आखरी आयत अंदर अल्लाह पाक ने फरमाया अकल माल बंद बंदे वास्ते इबरत और निशानदेही है इस किस्से वाकया दे अंदर। अगे अल्लाह पाक फरमा रहे ये कोई घड़ी हुई किसी की गल नहीं ये रब दा कुरान है ते पहले अंबिया दियां सचियां दास्ताना ने ते पहलिया किताबा दी कुरान तस्दीक भी कर रहे है सुबहान अल्लाह ते हर चीज तफसील नाल खोल खोल के अल्लाह पाक ने बयान कर दिती है। ईमान लियान वाले इस वाकया ते के इमाम देखो ना अल्लाह पाक ने किस तरह एक कारनामे और किस तरह अल्लाह पाक दी कुदरत दे मुशाहदे इन्हां ते ईमान लियाना खुदा दी कसम ये बहुत बड़ी अजीम नेमत है। ईमान लियान वाले वास्ते यकीन इतमाद करन वाले वास्ते अमल करन वाले वास्ते अल्लाह पाक दी तरफों हदायत और अल्लाह पाक दी तरफों रहमत है।